संगीत हुंदा तां रूह दी खुराक वास्ते है, पर मैं समझदा वी अज दा जिहड़ा संगीत है ये साडी रूह दी खुराक नहीं है, ये साडे मन दे वलवले है। एक जदों किसी सिंगर नूं कहिंदे आ ना कि तू भाई इदां दा क्यों गाना, तो उह कहिंदा वी सुणदी है इहो जिहे आ। जिथे सिद्धू मूसेवाल चलदा, जिथे करण औजला चलदा, कहिंदे लोक इदां दे गाने सुणदे आ, ते सरताज नूं लोक क्यों सुणदे आ। कुछ गाने मन नूं भटकना लाउंदे आ, कुछ गाने इदां दे हुंदे आ जिहड़े बंदे नूं कहिंदे आ वी हुण किथे गंडासा मैं चक लां ते सिर च मारदा। अज दा जिहड़ा संगीत है उह दारू पीती होवे तुहाडी, तुसीं नचणा होवे ते फिर उह संगीत चंगा लगदा। ईवन तुसीं गड्डियां चलाउणे लोक उत्थे वी नचदे आ, ट्रैक्टर चलाउंदे लोक उत्थे वी नचदे आ, इह नचण वास्ते संगीत है। कैंट विच मैनूं इहदे च कोई इतराज़ नहीं गा कि म्यूजिक खत्म हो गया, सिर्फ टैक्नीक रह गई, इक सिर्फ टैक्नीक नाल म्यूजिक बनता है। ਇੰਟਰਵਿਊਆਂ ਦੇ ਵਿੱਚ ਤੁਸੀਂ ਇੱਕ ਪੈਗ ਵਾਲੇ ਗਾਣੇ ਦਾ ਬੜਾ ਜ਼ਿਕਰ ਕੀਤਾ ਸੀ, ਕਿ ਉਹ ਵਾਕਾ ਹੀ ਉਹ ਹੋਸਟਲ ਵਾਲੇ ਬੱਚਿਆਂ 'ਤੇ ਉਹ ਸਿਹਤ 'ਤੇ ਅਸਰ ਪੈਂਦਾ ਉਹ ਚੀਜ਼ ਦਾ? ਇਹਦਾ ਮਤਲਬ ਉਹ ਦੱਸ ਰਹੇ ਹਾਂ ਕਿ ਅਸੀਂ ਉਦੋਂ ਦਾਰੂ ਪੀਂਦੇ ਹੁੰਦੇ ਸੀਗੇ, ਅਸੀਂ ਹੋਸਟਲ 'ਚ ਆਹ ਕਰਦੇ ਸੀਗੇ, ਸੋ ਉਹਨਾਂ ਨੇ ਤਾਂ ਕਰ ਲਿਆ, ਲੇਕਿਨ ਜਿਹੜੇ ਅੱਜ ਬੱਚੇ ਆ ਉਹ ਬੱਚੇ ਵੀ ਚਾਹੁੰਗੇ ਨਾ, ਫਿਰ ਅਸੀਂ ਕਿਉਂ ਨਹੀਂ ਪੀ ਸਕਦੇ? ਅਸੀਂ ਜਿਹੜਾ ਵੀ ਗਾਣਾ ਗਾਉਂਦੇ ਹਾਂ ਉਹਦਾ ਅਸਰ ਹੈ, ਜੇ ਚੰਗਾ ਗਾਉਂਦੇ ਹਾਂ ਤਾਂ ਯੂਥ 'ਤੇ ਚੰਗਾ ਅਸਰ ਪੈਂਦਾ, ਜੇ ਮਾੜਾ ਗਾਉਂਦੇ ਹਾਂ ਤਾਂ ਉਹ ਮਾੜਾ ਪੈਂਦਾ। ਅਤੇ ਅੱਜ ਜਿਹੜੇ ਗਾਣੇ ਆ ਮੈਂ ਸਮਝਦਾ ਉਹ ਸੰਗੀਤ ਤੋਂ ਪਾਸੇ ਬਣਦੇ ਆ, ਉਹ ਸੰਗੀਤ ਨਾਲ ਉਹਦਾ ਕੋਈ ਸੰਬੰਧ ਨਹੀਂ, ਸਿਰਫ ਕੰਪਿਊਟਰ ਚਾਹੀਦਾ। ਜਿਹੜੇ ਬੰਦੇ ਗਾਣੇ ਬਣਾਉਂਦੇ ਆ ਉਹਨਾਂ ਨੂੰ ਨਾ ਰਾਗ ਬਾਰੇ ਪਤਾ, ਨਾ ਹਾਰਮੋਨੀਅਮ ਦੇ ਸੁਰਾਂ ਬਾਰੇ ਪਤਾ, ਨਾ ਤਾਲ ਬਾਰੇ ਪਤਾ, ਜਸਟ ਗਾਣਾ ਬਣਾਇਆ ਕੰਪਿਊਟਰ 'ਤੇ, ਉਹੀ ਬੀਟ ਹੈ, ਉਹੀ ਮਿਊਜ਼ਿਕ ਹੈ, ਉਹੀ ਆਵਾਜ਼ ਹੈ, ਔਰ ਆਵਾਜ਼ ਨੂੰ ਵੀ ਜਿੱਦਾਂ ਮਰਜ਼ੀ ਕਰ ਲਓ। ਸੋ ਟੈਕਨੀਕਲ ਗਾਣੇ ਹੈ, ਇਹ ਦਿਲ ਨੂੰ ਟੱਚ ਨਹੀਂ ਕਰਦੇ। ਦੂਜੇ ਵੀਡੀਓਗ੍ਰਾਫੀ ਦਾ ਜਿਹੜਾ ਯੁੱਗ ਚੱਲ ਪਿਆ ਇਹਦੇ ਨਾਲ ਵੀ ਅਸਰ ਪਿਆ ਹੈਗਾ? ਅੱਜ ਦੇ ਗਾਣੇ ਸਭ ਤੋਂ ਪਹਿਲਾਂ ਵੀਡੀਓ ਦਾ ਬਜਟ ਤਿਆਰ ਕੀਤਾ ਜਾਂਦਾ, ਫਿਰ ਉਹਨੂੰ ਯੂਟਿਊਬ 'ਤੇ ਪਾ ਕੇ ਉਹਦੇ ਸਬਸਕ੍ਰਾਈਬ ਕਰਾਉਣੇ ਆ, ਉਹਦੇ ਵਿਊ ਕਿੰਨੇ ਕਰਾਉਣੇ, ਕਿੰਨੇ ਮਿਲੀਅਨ ਕਰਾਉਣੇ ਆ, ਸਭ ਤੋਂ ਪਹਿਲਾਂ ਇਹਦੇ 'ਤੇ ਵਰਕ ਹੁੰਦਾ। ਮੈਂ ਹਰ ਤਰ੍ਹਾਂ ਦਾ ਗੀਤ ਗਾਇਆ, ਮੈਨੂੰ ਗਾਉਣਾ ਉਹ ਕਿਉਂ ਪੈਂਦਾ? ਕਿਉਂਕਿ ਮਾਰਕੀਟ ਦੇ ਵਿੱਚ ਜੇ ਰਹਿਣਾ, ਜੇ ਆਪਣਾ ਵਜੂਦ ਬਣਾ ਕੇ ਰੱਖਣਾ, ਜੇ ਮੈਨੂੰ ਕੋਈ ਪੁੱਛਦਾ ਹੀ ਨਹੀਂ, ਮੈਨੂੰ ਕੋਈ ਬੁੱਕ ਹੀ ਨਹੀਂ ਕਰਦਾ, ਤਾਂ ਮੈਂ ਕਿੰਨਾ ਚਿਰ ਜਿਊਂਗਾ? ਮੈਂ ਮਿਊਜ਼ਿਕ ਨੂੰ ਸਿਰਫ ਪੈਸੇ ਦੀ ਖਾਤਰ ਨਹੀਂ ਕਰਦਾ, ਮੇਰਾ ਸ਼ੌਕ ਵੀ ਹੈ, ਮੇਰਾ ਇਸ਼ਕ ਵੀ ਹੈ। ਨਵਾਂ ਗੀਤ ਤੁਹਾਡਾ ਆਉਣ ਵਾਲਾ ਜੀ, ਵਿੱਦਿਆ ਦਾ ਦਾਨ, ਇਹਦਾ ਕੀ ਮੋਟਿਵ ਆ, ਕਿਵੇਂ ਲੈ ਕੇ ਆ ਰਹੇ ਹੋ? ਇਹਦਾ ਮੋਟਿਵ ਇਹੀ ਹੈ ਜੀ ਕਿ ਮੈਂ ਸਮਝਦਾ ਕਿ ਪੰਜਾਬੀ ਬੋਲੀ ਜਾਂ ਪੰਜਾਬ ਜਾਂ ਪੰਜਾਬੀਅਤ ਦੇ ਵਿੱਚ ਮੈਂ ਪੈਦਾ ਹੋਇਆ, ਮੈਨੂੰ ਪੰਜਾਬ ਨੇ ਇੰਨਾ ਕੁਝ ਦਿੱਤਾ, ਮੈਂ ਉਹਦੇ ਸ਼ਾਇਦ ਮੈਂ ਕਾਬਲ ਵੀ ਨਹੀਂ, ਅਤੇ ਹੁਣ ਫਿਰ ਰਿਣ ਉਤਾਰਨ ਦਾ ਟਾਈਮ ਹੈ ਕਿ ਜਿਹਨੇ ਮੈਨੂੰ ਦਿੱਤਾ ਮੈਂ ਥੋੜ੍ਹਾ ਜਿਹਾ ਉਹਨੂੰ ਦੇਵਾਂ। ਮੈਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਜਿਹੜੇ ਲੋਕ ਵਾਈ ਟੀ ਵੀ ਦੇ ਨਾਲ, ਅਤੇ ਮੈਂ ਤੁਹਾਡਾ ਦੋਸਤ ਪਰਮ। ਦੋਸਤੋ, ਅੱਜ ਤੁਹਾਨੂੰ ਅਜਿਹੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜਿੰਨੇ ਵੀ ਗੀਤ ਦਿੱਤੇ ਨੇ ਤਕਰੀਬਨ ਸਾਰੇ ਹੀ ਕਬੂਲ ਕੀਤੇ ਨੇ। ਤੁਸੀਂ ਇੰਨਾ ਪਿਆਰ ਦਿੱਤਾ ਉਹਨਾਂ ਦੇ ਗੀਤਾਂ ਨੂੰ, ਅਤੇ ਉਹ ਐਕਟਰ ਵੀ ਕਹਿ ਸਕਦਾ ਮੈਂ ਉਹਨਾਂ ਨੂੰ, ਸਿੰਗਰ ਵੀ ਕਹਿ ਸਕਦਾ, ਮਿਊਜ਼ਿਕ ਡਾਇਰੈਕਟਰ ਵੀ ਕਹਿ ਸਕਦਾ, ਅਤੇ ਡਾਇਰੈਕਸ਼ਨ ਵੀ ਆਪਣੇ ਗੀਤਾਂ ਦੀ ਉਹ ਆਪ ਦਿੰਦੇ ਨੇ। ਮੈਂ ਬਹੁਤੀ ਭੂਮਿਕਾ ਨਹੀਂ ਨਿਭਾਉਂਦਾ ਕਿਉਂਕਿ ਸਮਾਂ ਬਹੁਤ ਘੱਟ ਆ, ਮੈਂ ਮਿਲਾਵਣਾ ਚਾਹਾਂਗਾ ਨਿਰਮਲ ਸਿੱਧੂ ਜੀ ਨੂੰ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ। ਥੈਂਕ ਯੂ ਜੀ, ਥੈਂਕ ਯੂ ਭਾਈ ਜੀ। ਸਰ, ਜਿੱਦਾਂ ਮੈਂ ਗੱਲ ਕੀਤੀ ਕਿ ਮੈਂ ਤੁਹਾਨੂੰ ਐਕਟਰ ਵੀ ਕਹਿ ਸਕਦਾ ਗਾ, ਤੁਹਾਨੂੰ ਡਾਇਰੈਕਟਰ ਵੀ ਕਹਿ ਸਕਦਾ, ਸਿੰਗਰ ਵੀ ਕਹਿ ਸਕਦਾ ਗਾ, ਇੰਨਾ ਸਾਰਾ ਕੁਛ ਕਿਵੇਂ ਆਏ? ਅਤੇ ਉਸ ਤੋਂ ਪਹਿਲਾਂ ਤੁਹਾਡੇ ਆਉਣ ਵਾਲੇ ਗੀਤ ਦੀਆਂ ਵਿੱਦਿਆ ਦਾ ਦਾਨ, ਉਸ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ। ਪਰਮ ਜੀ, ਇੱਕ ਕਹਾਵਤ ਹੈ ਪੰਜਾਬੀ ਦੇ ਵਿੱਚ ਵੀ, ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ ਜੀ। ਸੋ ਬਚਪਨ ਤੋਂ ਮਤਲਬ ਇੱਦਾਂ ਦਾ ਸੁਣਿਆ ਸੀਗਾ, ਚੰਗੇ ਸਿਆਣੇ ਬਜ਼ੁਰਗਾਂ ਨਾਲ ਸੰਗਤ ਕਰਨ ਦਾ ਟਾਈਮ ਮਿਲਿਆ, ਅਤੇ ਮਾਸਟਰ ਨਗਿੰਦਰ ਸਿੰਘ ਚਾਹਲ ਮੇਰੀ ਜ਼ਿੰਦਗੀ 'ਚ ਇੱਕ ਐਸੇ ਇਨਸਾਨ ਆਏ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਕਾਕਾ ਜੀ ਇਸ ਲਾਈਨ 'ਚ ਆਉਣਾ, ਅਤੇ ਫਿਰ ਪੱਕਾ ਹੋ ਗਿਆ। ਅਤੇ ਉਹਨਾਂ ਨੇ ਮੈਨੂੰ ਫਾਜ਼ਿਲਕਾ ਦੇ ਵਿੱਚ ਆਪਣੇ ਕੋਲ ਲੈ ਕੇ ਗਏ, ਮੈਂ 6 ਸਾਲ ਉਹਨਾਂ ਦੇ ਕੋਲ ਰਿਹਾ, ਔਰ ਮੇਰੇ ਸੰਗੀਤ ਦੇ ਉਸਤਾਦ ਪ੍ਰੋਫੈਸਰ ਕ੍ਰਿਸ਼ਨ ਸ਼ਾਂਤ ਜੀ ਨੇ, ਜਿਨ੍ਹਾਂ ਤੋਂ ਮੈਂ ਪ੍ਰਾਚੀਨ ਕਲਾ ਕੇਂਦਰ ਯੂਨੀਵਰਸਿਟੀ ਦੇ ਵਿੱਚੋਂ MA ਮਿਊਜ਼ਿਕ ਦੀ ਕੀਤੀ, ਔਰ 6 ਸਾਲ ਸਿਰਫ ਅਤੇ ਸਿਰਫ ਮੈਨੂੰ ਉਹਨਾਂ ਨੇ ਕਲਾਸੀਕਲ ਸੰਗੀਤ ਦੀ ਤਾਲੀਮ ਦਿੱਤੀ। ਉੱਥੇ ਕੋਈ ਵੀ ਗਾਣਾ ਗਾਉਣਾ ਮਨ੍ਹਾ ਸੀਗਾ, ਗਾ ਨਹੀਂ ਸਕਦੇ, ਜੇ ਗਾਉਂਦੇ ਸੀਗੇ ਤਾਂ 2-2 ਘੰਟੇ ਦੀ ਪਨਿਸ਼ਮੈਂਟ ਮਿਲਦੀ ਸੀਗੀ। ਓਕੇ, ਸੋ ਮੈਂ 6 ਸਾਲ ਸੰਗੀਤ ਸਿੱਖਿਆ, ਸੰਗੀਤ 'ਤੇ ਅਧਿਐਨ ਕੀਤਾ, ਰਾਗਾਂ 'ਤੇ, ਤਾਲਾਂ 'ਤੇ, ਖਿਆਲਾਂ 'ਤੇ, ਸੋ ਉਹ ਚੀਜ਼ ਜਿਹੜੀ ਹੈ ਉਹ ਫਿਰ ਇੱਕ ਨੀਂਹ ਪੱਕੀ ਵੱਜ ਗਈ। ਅਤੇ ਜਦੋਂ ਕੋਈ ਬੰਦਾ 6 ਸਾਲ ਲਗਾਤਾਰ ਸਾਧਨਾ ਕਰਕੇ ਸੰਗੀਤ ਸਿੱਖਦਾ, ਭੋਰੇ 'ਚ ਬੈਠ ਕੇ ਸੰਗੀਤ ਸਿੱਖਦਾ, ਵੀ ਤੂੰ ਦੁਨੀਆਂ ਦੀ ਤੁਹਾਨੂੰ ਹਵਾ ਨਹੀਂ ਲੱਗ ਸਕਦੀ, ਅਤੇ ਫਿਰ ਮੈਨੂੰ ਲੱਗਦਾ ਉਦੋਂ ਬਾਅਦ ਇਹ ਜਿਹੜੀ ਸਾਡੀ ਅੱਜ ਦੀ ਗਾਇਕੀ ਹੈ, ਜਿਹਨੂੰ ਕਹਿ ਦਈਏ ਅਸੀਂ
प्रचलित संगीत है ये तो बहुत मतलब छोटी जी गल है जिदा फसल दे विच घा उग आउंदा छोटा जिहा बस उदां दी गल उन्नी कु दी उम्र हुंदी है जी। सो वो चीज़ ने मैनू अज तक मेरे नाल साथ दिता है। सो परमात्मा की कृपा दे नाल मैं एज ए म्यूजिक डायरेक्टर बहुत काम किया है, पंजाब दे सरोवर गायकों नू रिकॉर्ड किया, एज ए लिरिक्सिस्ट मेरे जिन्ने भी हिट गाने है वो मेरे अपने लिखे है और उस तो बाद म्यूजिक बहुत ज्यादा दिता, म्यूजिक दे विच बहुत ज्यादा सिंगरां नू रिकॉर्ड किया, सो म्यूजिक भी लोगों ने प्रवान किया, सो मालिक की कृपा रही है और उदों तो मैं काम करता आ रहा ते मेरा शौक भी है म्यूजिक। मैं म्यूजिक नू सिर्फ पैसे की खातर नहीं करता, मेरा शौक भी है, मेरा इश्क भी है, जिस करके वो जिहड़ा हैगा वो काम लगातार चली जा रहा। जिस तरह आप गलबात कर रहे थे नवा गीत तुहाडा आने वाला जी विद्या दा दान, अज असि सैट ते भी हाँ शूटिंग चल रही है जी, इहदे की मोटिव किवें लेके आ रहे हो? इहदा मोटिव इही है जी कि मैं समझदा कि पंजाबी बोली जां पंजाब जां पंजाबीयत दे विच मैं पैदा होया है जी, ते रोटी मैनू लोगों ने दित्ती है, बहुत कुछ दित्ता है मैनू पंजाब ने, इन्ना कुछ दित्ता मैं उहदे शायद मैं काबिल भी नहीं गा, मैनू उस तो भी ज्यादा लोड़ तो ज्यादा मैनू मिलिया, ते हुण फिर ऋण उतारन दा टाइम है कि जिन्हें मैनू दित्ता है मैं थोड़ा जिहा उहनू देवां। मैं नचण वाले गाने, रोमांटिक गाने, हर तरह के गाने मैं गाए, मैं गुरबाणी तो लैके पॉप तक गाया, पर अंदरों मेरे मन च कदे कदे आउंदा हुंदा कि यार मैं पंजाब लई, पंजाबीयत लई, एजुकेशन लई, गुरबाणी लई, है ना, धर्म लई इदां दे गीत बनावां, जिस तरह पहला मैं ऊड़ा आड़ा ईडी ससाहा पहला गीत बनाया सी, उहदे नाल मैनू इन्नी इज्जत मिली है, इन्ना मैनू माण मिलिया है, ते कई बार जदों बंदा बजुर्ग हो जाऊगा उदों फिर बंदा सोचूगा कि यार हाँ मैं भी कुछ ना कुछ पंजाब लई कीता है, पंजाबीयत लई कीता है। सो मैं फील कर रहा सीगा, मैं एक स्कूल दे विच गया सीगा, उत्थे जाके मैं बच्चों के नाल, मेरी आदत है कि बच्चों नाल बच्चा बन के गल्लां बातां करनियां, सो मैं सरकारी स्कूल च जाके देखिया कि उत्थे भी मतलब जिहड़े बच्चे सीगे उन्हां नूं एबीसी तां पूरी आउंदी सी, उन्हां नूं 35 अक्षर ही नहीं आउंदी सीगी, सो मैनूं लग्गिया कि यार ये साडे च घाट है, क्योंकि असीं लोक टू फेसिस लोक है, पंजाबी लोक मैं शरेआम कहिंदा हुंदा, असीं टू फेसिस लोक है, असीं विच्चों कुछ होर है उपरों कुछ होर है, कईआं दे तां तिन तिन फेस भी है, सो एक फेस होना बहुत जरूरी है बच्चों नू। मैं प्रायमरी स्कूल च पढ़िया, ऐसे स्कूल च मैं पढ़िया, मैंने जिनी मुढ़ली विद्या इस स्कूल चो मिली है, उस तो बाद मैं दुनिया विचरिया तो थोड़े जिंदगी च बड़े उस्ताद बनते हैं, कोई तुहानू गड्डी चलाउणी सिखाउंदा वह भी तुहाडा उस्ताद ही है, कोई तुहानू कपड़े पाउणे सिखाउंदा वह भी तुहाडा उस्ताद ही है, कोई तुहानू संगीत सिखाउंदा, कोई तुहानू लिखना सिखाउंदा, उस्ताद बड़े हुंदे आ लेकिन उस्ताद थोड़ा एक हुंदा जिन्हें तुहानू उस लाइन च लैके आउंदा। सो मैनू लग्या कि विद्या दा दान, आपां दान होर बड़े करदे हां गुरुद्वारिआं मंदरां मसीतां च, लेकिन यह भी एक दान है कि आपां जिहड़े गरीब लोड़वंद बच्चे है उन्हां दी एजुकेशन लई थोड़ा दसवंध कढ़ीए, ते जिहड़े सरकारी स्कूल है पेंडू स्कूल है ना उन्हां विच अपने बच्चों नूं पढ़ाईए, उन्हां स्कूलों नूं अंग्रेजी स्कूलों नालों ज़्यादा वधिया बना दईए, सो वह कोशिश कर रहे हैं। और मेरा दोस्त है सुखदेव सिंह चाहल, भाणो लंगा पिंड है जिला कपूरथला च, उन्होंने अपने स्कूल से 85 लाख रुपया खर्च किया है जी, सो वह स्कूल देखने वाला मतलब दिल खुश हुंदा, तुसीं कह नहीं सकते भी ये सरकारी स्कूल है, सो वह चीज़ नूं अगे लैके असीं कोशिश कर रहे हैं कि हर घर दे विच हर पिंड दे विच इदां दे स्कूल बन, असीं बच्चों स्कूलों च पढ़ाईए ते दसवंध कढ़ीए। सो आने वाले समय च पंजाब स्कूल सिक्ख्या बोर्ड एंड सिक्ख्या मंत्री और हरभजन मान साहब दे जिहड़े सहयोग नाल इह गाना परलीज करन लगे जी, तां तुसीं इह फर्ज समझ आ कि जिहड़ा हुण मेरा फर्ज बणदा उह निभाए। वैसे तां तुहाडे पहलां वाले गीत भी सुनिया तो एक अजिही ने जिहड़े समाज नूं सेध दिंदे ने, जिस तरह एक मैं पिछे ही तुहाडी इंटरव्यू सुनी सी, तुसीं उहदे विच एक फिल्म दा भी वाकया सांझा कीता सीगा वी मैं असि फिल्म शुरू की चार पांच दोस्तां ने ना, बिल्कुल वो कहानी, वो फिल्म दा की बणिया? वो कहानी देखो जी उदों अजे गाउणा शुरू कीता सीगा ते कोई वजूद नहीं बणिया सीगा, मैं और गुरमीत साजन जी कुलविंदर कमल ते कहिंदे जी फिल्म बनाउणी है, सो एक फिल्म दी प्लानिंग हो गई जिहदी स्टोरी मैं लिखी सीगी जी, म्यूजिक मैं ते कुलविंदर कमल ने कीता सीगा, ਯਾਰਾਂ ਦੋਸਤਾਂ 'ਚ ਅਸੀਂ ਉਹ ਫਿਲਮ ਬਣਾਉਣੀ ਸ਼ੁਰੂ ਕਰ ਲਈ, ਸਾਨੂੰ ਉਦੋਂ ਕੈਮਰਾ ਨਾ ਆਨ ਆਫ ਕਰਨ ਦਾ ਪਤਾ ਸੀਗਾ, ਓਕੇ ਬਸ ਫਿਲਮ ਬਣਾਉਣੀ ਸ਼ੁਰੂ ਕਰ ਲਈ, ਇੱਕ ਕੈਮਰਾਮੈਨ ਨੇ ਸਾਨੂੰ ਕਹਿਤਾ ਕਿ ਤੁਸੀਂ ਫਿਲਮ ਬਣਾਓ ਮੈਂ ਐਡੀਟਿੰਗ ਕਰ ਦੂੰਗਾ ਸਾਰਾ ਕੁਛ ਕਰ ਦੂੰਗਾ, ਸੋ ਉਹ ਫਿਲਮ ਅਸੀਂ ਬਣਾਈ ਜਿੱਦਾਂ ਇੱਕ ਫੀਚਰ ਫਿਲਮ ਬਣਦੀ ਹੈ ਜੀ, 15-20 ਦਿਨ ਲਾ ਕੇ ਉਹ ਸ਼ੂਟ ਕੀਤਾ, ਓਕੇ ਤੇ ਘਰ ਦੇ ਗਹਿਣੇ ਵੇਚ ਕੇ ਘਰ ਦੇ ਭਾਂਡੇ ਵੇਚ ਕੇ ਉਹ ਫਿਲਮ ਨੂੰ ਅਸੀਂ ਕੰਪਲੀਟ ਕੀਤਾ, ਇੰਨਾ ਸਮਰਪਿਤ ਹੋ ਗਏ। ਔਰ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਫਿਲਮ ਬਣ ਗਈ, ਜਦੋਂ ਐਡੀਟਿੰਗ ਕਰਨ ਦੀ ਵਾਰੀ ਆਈ ਤੇ ਕਹਿੰਦੇ ਜੀ ਦੂਰਦਰਸ਼ਨ ਐਡਿਟ ਕਰਕੇ ਦੇਊਗਾ, ਦੂਰਦਰਸ਼ਨ ਵਾਲੇ ਕਹਿੰਦੇ ਅਸੀਂ ਕਿਸੇ ਨੂੰ ਐਡਿਟ ਨਹੀਂ ਕਰਕੇ ਦਿੰਦੇ, ਸੋ ਉਹ ਫਿਲਮ ਜਿਹੜੀ ਹੈ ਡੱਬੇ 'ਚ ਬੰਦ ਹੋ ਗਈ, ਕਹਿੰਦੇ ਐਡਿਟ ਨਹੀਂ ਹੋਣੀ, ਪਰ ਉਸ ਤੋਂ ਬਾਅਦ ਕੋਸ਼ਿਸ਼ ਕੀਤੀ, ਫਿਰ ਮੈਂ ਕਿਹਾ ਵੀ ਨਹੀਂ ਇਹ ਫਿਲਮ ਤਾਂ ਹੁਣ ਮੈਂ ਐਡਿਟ ਕਰੂੰਗਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਉਸ ਵਕਤ ਮੈਂ ਜਦੋਂ ਮੈਨੂੰ VCR ਆਨ ਆਫ ਕਰਨ ਦਾ ਨਹੀਂ ਪਤਾ ਸੀਗਾ, 3 VCR ਲੈ ਕੇ
ਅਸੀਂ ਇੱਕ ਵੀਸੀਆਰ ਚ ਪਲੇ ਕਰਦੇ ਸੀ, ਦੂਜੇ ਚ ਰਿਕਾਰਡ ਕਰਦੇ ਸੀ। 3 ਘੰਟੇ ਦੀ ਫਿਲਮ ਅਸੀਂ ਐਡਿਟ ਕੀਤੀ ਔਰ ਉਹਦੇ ਚ ਬੈਕਗ੍ਰਾਉਂਡ ਮਿਊਜ਼ਿਕ ਵੀ ਦਿੱਤਾ, ਉਹਦੇ ਚ ਅਸੀਂ ਫਾਈਟਿੰਗ ਵੀ ਕੀਤੀ, ਰੋਮਾਂਟਿਕ ਗਾਣੇ ਵੀ ਲਾਏ, ਉਹ ਫਿਲਮ ਵੀ ਬਣ ਗਈ। ਉਸ ਤੋਂ ਬਾਅਦ ਉਹ ਫਿਲਮ ਨਾਲ ਮਾੜਾ ਇਹ ਹੋਇਆ ਕਿ ਮੈਂ ਕੈਨੇਡਾ ਗਿਆ ਸੀ ਮੇਰੇ ਦੋਸਤ ਕੋਲੇ, ਮੈਂ ਕਾਪੀਆਂ ਤਿਆਰ ਕਰਾਉਣੀਆਂ ਸੀਗੀਆਂ, ਉਹ ਅਸੀਂ ਕਾਪੀਆਂ ਤਿਆਰ ਕਰਨ ਵਾਸਤੇ ਉਹਨਾਂ ਨੂੰ ਫਿਲਮ ਦੇਤੀ ਢਿੱਲੋਂ ਵੀਡੀਓਜ਼ ਨੂੰ। ਹਾਂਜੀ। ਉਸ ਤੋਂ ਬਾਅਦ ਮੈਨੂੰ ਅਚਾਨਕ ਇੰਡੀਆ ਆਉਣਾ ਪੈ ਗਿਆ, ਸ਼ੋ ਸੀਗੇ, ਉਹ ਫਿਲਮ ਉੱਥੇ ਹੀ ਕਿਤੇ ਮਿਸਪਲੇਸ ਹੋ ਗਈ ਜੋ ਸਾਨੂੰ ਅੱਜ ਤੱਕ ਨਹੀਂ ਥੀ ਆਈ ਜੀ। ਲੇਕਿਨ ਉਹ ਜਿਹੜਾ ਐਕਸਪੀਰੀਅੰਸ ਹੈ, ਫਿਲਮ ਤਾਂ ਚਾਹੇ ਮਿਸਪਲੇਸ ਹੋ ਗਈ ਪਰ ਜਿਹੜਾ ਉਹ ਐਕਸਪੀਰੀਅੰਸ ਹੈ, ਉਹ ਐਕਸਪੀਰੀਅੰਸ ਅੱਜ ਵੀ ਮੇਰੇ ਨਾਲ ਹੈ। ਉਸ ਐਕਸਪੀਰੀਅੰਸ ਦੇ ਨਾਲ ਹੀ ਮੈਂ ਮਿਊਜ਼ਿਕ ਡਾਇਰੈਕਟਰ ਬਣਿਆ, ਮੈਂ ਸਿੰਗਰ ਬਣਿਆ ਜੀ। ਉਸ ਐਕਸਪੀਰੀਅੰਸ ਕਰਕੇ ਹੀ ਗੁਰਮੀਤ ਸਾਜਨ ਅੱਜ ਵਰਲਡ ਦੇ ਵਿੱਚ ਉਹਨੂੰ ਲੋਕ ਜਾਣਦੇ ਹੈ ਔਰ ਹਰ ਪੰਜਾਬੀ ਫਿਲਮ ਦੇ ਵਿੱਚ ਹੁੰਦਾ ਹੈ। ਕੁਲਵਿੰਦਰ ਕਮਲ ਇੱਕ ਸਥਾਪਿਤ ਸਿੰਗਰ ਬਣਿਆ, ਜਿੰਨੇ ਲੋਕਾਂ ਨੇ ਵੀ ਉਹਦੇ 'ਚ ਕੰਮ ਕੀਤਾ ਸੀ ਉਹ ਸਾਰੇ ਲੋਕ ਉਸ ਲਾਈਨ 'ਚ ਆ ਗਏ, ਚਾਹੇ ਉਹ ਫਿਲਮ ਗੁੰਮ ਹੋ ਗਈ, ਸਾਨੂੰ ਫਿਲਮ ਨਹੀਂ ਮਿਲੀ, ਤੁਹਾਨੂੰ ਪਛਾਣ ਲਈ, ਪਰ ਸਾਨੂੰ ਉਹਨੇ ਸਿਖਾਇਆ ਇੰਨਾ, ਬਿਨਾ ਮਤਲਬ ਤੋਂ ਹੀ ਅਸੀਂ ਇੰਨਾ ਜ਼ਿਆਦਾ ਸਿੱਖ ਗਏ ਕਿ ਉਸ ਤੋਂ ਬਾਅਦ ਤਾਂ ਟੈਕਨੋਲੋਜੀ ਇੰਨੀ ਆ ਗਈ ਕਿ ਤੁਸੀਂ ਕੁਝ ਵੀ ਕਰ ਸਕਦੇ ਸੀਗੇ। ਬਿਲਕੁਲ। ਸੋ ਉਸ ਫਿਲਮ ਦੇ ਨਾਲ ਅਸੀਂ ਬਹੁਤ ਕੁਝ ਸਿੱਖਿਆ, ਉਸ ਫਿਲਮ ਨੇ ਬਹੁਤ ਕੁਝ ਦਿੱਤਾ। ਤੇ ਕਦੇ ਮਨ ਵਿੱਚ ਆਇਆ ਅਫਸੋਸ ਜਿਹਨੂੰ ਕਹਿ ਦਈਏ ਕਿ ਯਾਰ ਇੰਨੀ ਮਿਹਨਤ ਕੀਤੀ ਸੀ ਤੇ ਉਹ ਇਦਾਂ ਇੱਕ ਫਿਲਮ ਗੁੰਮ ਹੋ ਗਈ, ਲੱਭੀ ਨਹੀਂ? ਬਿਲਕੁਲ, ਬਹੁਤ ਵੱਡਾ ਅਫਸੋਸ ਹੈ। ਮਤਲਬ ਅਸੀਂ ਇੰਨੀ ਮਿਹਨਤ ਕੀਤੀ ਸੀਗੀ, ਜੇ ਉਹ ਫਿਲਮ ਅੱਜ ਹੁੰਦੀ ਤਾਂ ਸ਼ਾਇਦ ਹੋ ਸਕਦਾ ਉਹ ਫਿਲਮ ਦੇ ਉੱਤੇ ਕੋਈ ਅਧਿਐਨ ਕੀਤਾ ਜਾਂਦਾ। ਅਸੀਂ ਦਾਵਾ ਕਰ ਸਕਦੇ ਕਿ ਅਸੀਂ ਉਹਨਾਂ ਜ਼ਮਾਨਿਆਂ ਦੇ ਵਿੱਚ 3 ਘੰਟੇ ਦੀ ਫਿਲਮ ਨੂੰ ਐਡਿਟ ਕੀਤਾ ਜਦੋਂ ਕੋਈ ਟੈਕਨੀਕਲ ਨਾ ਕੋਈ ਸਟੂਡੀਓ ਹੁੰਦੇ ਸੀਗੇ, ਨਾ ਕੋਈ ਐਡੀਟਿੰਗ ਟੇਬਲ ਹੁੰਦੇ ਸੀ, ਨਾ ਕੋਈ ਬੰਦਾ ਹੱਥ ਪਾਉਂਦਾ ਸੀਗਾ। ਲੇਕਿਨ ਅਸੀਂ ਸੋਚਿਆ ਕਿ ਨਹੀਂ, ਅਸੀਂ ਕਿਉਂਕਿ ਮੇਰਾ ਉਹਦੇ 'ਚ ਬਹੁਤ ਕੁਝ ਲੱਗਿਆ ਸੀ, ਮੈਂ ਆਪਣੀ ਮਾਂ ਦੇ ਗਹਿਣੇ ਜਿਹੜੇ ਵੇਚਦੇ ਸੀਗੇ, ਮੈਂ ਆਪਦੇ ਭਾਂਡੇ ਵੀ ਵੇਚੇ, ਮੇਰੇ ਕੋਲੋਂ ਐਕਸੀਡੈਂਟ ਵਿੱਚ ਕਿਸੇ ਦੀ ਲੱਤ ਵੀ ਟੁੱਟੀ, ਅਸੀਂ ਉਹ ਆਰਟਿਸਟ ਦੀ ਲੱਤ ਟੁੱਟੀ, ਉਹਨੂੰ ਅਸੀਂ ਸਾਡੇ ਕੋਲੇ ਖਾਣ ਨੂੰ ਰੋਟੀ ਨਹੀਂ ਸੀ, ਚਾਹ ਪੀਣ ਨੂੰ ਚਾਹ ਨਹੀਂ ਸੀ, ਲੇਕਿਨ ਉਹਨੂੰ ਅਸੀਂ ਘਿਓ ਵੀ ਖਵਾਇਆ, ਉਹਨੂੰ ਮੈਡੀਕਲ ਕਾਲਜ ਦੇ ਵਿੱਚ ਇਲਾਜ ਵੀ ਕਰਾਇਆ। ਬਹੁਤ ਮਾੜੇ ਦਿਨ ਸੀਗੇ, ਸਟਰਗਲ ਦੇ ਦਿਨ ਸੀਗੇ ਵੀ ਜਦੋਂ ਜੇਬ ਦੇ ਵਿੱਚ 10 ਰੁਪਏ ਜੇ ਹੁੰਦੇ ਸੀ ਤੇ ਬੜੇ ਵੱਡੇ ਸ਼ੇਰ ਸਮਝਦੇ ਹੁੰਦੇ ਸੀ, 10 ਰੁਪਏ ਜੇਬ 'ਚ, ਉਹਨਾਂ ਦਿਨਾਂ 'ਚ ਅਸੀਂ ਹਜ਼ਾਰਾਂ ਰੁਪਏ ਲਾ ਕੇ ਫਿਲਮ ਬਣਾਈ ਸੀ। ਬਿਲਕੁਲ ਜੀ। ਤੇ ਤੁਸੀਂ ਇੱਕ ਹੋਰ ਵੀ ਗੱਲ ਕੀਤੀ ਸੀ ਕਿ ਜਿਵੇਂ ਪਹਿਲਾਂ ਗੱਲ ਕੀਤੀ ਕਿ ਅੱਜ ਦੇ ਜਿਹੜੇ ਗੀਤ ਆ ਉਹਨਾਂ ਦੀ ਉਮਰ ਬਹੁਤ ਘੱਟ ਆ ਜੀ, ਇਹਦਾ ਕਾਰਨ ਕੀ ਮੰਨਦੇ ਹੋ? ਦੇਖੋ ਪਰਮਜੀਤ, ਗੱਲ ਇਹ ਆ ਵੀ ਕੋਈ ਵੀ ਆਪਾਂ ਮਕਾਨ ਬਣਾਉਣੇ ਆ ਤੇ ਜੇ ਤਾਂ ਅਸੀਂ ਪੂਰਾ ਨਕਸ਼ਾ ਬਣਾ ਕੇ ਇਹ ਸੋਚ ਕੇ ਬਣਾਈਏ ਕਿ ਅਸੀਂ ਇਹਦੇ 'ਚ 10 ਮੰਜ਼ਿਲੀ ਬਿਲਡਿੰਗ ਬਣਾਉਣੀ ਹੈ ਤਾਂ ਫਿਰ ਉਹਦੀਆਂ ਨੀਂਹਾਂ ਹੋਰ ਤਰੀਕੇ ਦੀ ਹੁੰਦੀਆਂ, ਉਹਦਾ ਸਟਰਕਚਰ ਹੋਰ ਹੁੰਦਾ। ਤੇ ਜੇ ਅਸੀਂ ਪਿੰਡ 'ਚ ਘਰ ਬਣਾਉਣਾ ਤਾਂ ਸਿੱਧਾ ਹੀ ਪਤਾ ਹੁੰਦਾ ਵੀ ਬਸ ਇੱਕ ਬਣਾ ਕੇ ਚਵਾਰਾ ਬਣਾਉਣਾ, ਫਿਰ ਅਸੀਂ ਉਹਦੀ ਨੀਂਹ ਜਿਹੜੀ ਹੈ ਉਹ ਇੰਨੀ ਮਜ਼ਬੂਤ ਕੰਕਰੀਟ ਨਾਲ ਨਹੀਂ ਬਣਾਉਂਦੇ, ਵੈਸੇ ਹੀ ਕੋਈ ਮਿਸਤਰੀ ਉਹਨੂੰ ਬਣਾ ਦਿੰਦਾ। ਬਿਲਕੁਲ ਜੀ। ਸੋ ਇਹ ਜ਼ਿੰਦਗੀ ਦੇ ਵਿੱਚ ਇਹ ਵੀ ਇਹੋ ਚੀਜ਼ ਹੈ ਕਿ ਜਦੋਂ ਅਸੀਂ ਕੋਈ ਲੌਂਗ ਲਾਈਫ ਕੰਮ ਕਰਨਾ ਹੈ, ਰੈਗੂਲਰ ਕੰਮ ਕਰਨਾ ਹੈ, ਬਹੁਤ ਲੰਬੇ ਸਮੇਂ ਤੱਕ ਕੰਮ ਕਰਨਾ ਹੈ, ਤਾਂ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਸਿੱਖਣਾ ਪਊਗਾ। ਸੋ ਅੱਜ ਦਾ ਜਿਹੜਾ ਸੰਗੀਤ ਹੈ, ਮੈਂ ਕਹਿਣ ਦੇ ਵਿੱਚ ਮੈਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਗਾ ਕਿ ਮਿਊਜ਼ਿਕ ਖਤਮ ਹੋ ਗਿਆ ਜੀ, ਸਿਰਫ ਟੈਕਨੀਕ ਰਹਿ ਗਈ ਇੱਕ, ਸਿਰਫ ਟੈਕਨੀਕ ਨਾਲ ਮਿਊਜ਼ਿਕ ਬਣਦਾ ਹੈ, ਕੰਪਿਊਟਰ ਨਾਲ ਮਿਊਜ਼ਿਕ ਬਣਦਾ ਹੈ, ਜਿਸ ਤਰ੍ਹਾਂ ਫਾਸਟ ਫੂਡ ਤੇ ਇੱਕ ਘਰ ਦਾ ਸ਼ੁੱਧ ਖਾਣੇ 'ਚ ਫਰਕ ਹੈ ਜੀ, ਉਸੇ ਤਰੀਕੇ ਨਾਲ ਗਾਣੇ ਵਿੱਚ ਵੀ ਉਹੀ ਫਰਕ ਹੈ, ਉਹਦੇ ਵਿੱਚ ਇੱਕ ਟੇਸਟ ਨਹੀਂ ਹੈ, ਉਹਦੇ ਵਿੱਚ ਕੋਈ ਤਾਜ਼ਗੀ ਨਹੀਂ ਹੈ, ਉਹਦੇ ਵਿੱਚ ਕੋਈ ਮਤਲਬ ਪਿਓਰਟੀ ਨਹੀਂ ਹੈ, ਜਸਟ ਗਾਣਾ ਬਣਾਇਆ ਕੰਪਿਊਟਰ ਤੇ ਉਹੀ ਬੀਟ ਹੈ, ਉਹੀ ਮਿਊਜ਼ਿਕ ਹੈ, ਉਹੀ ਆਵਾਜ਼ ਹੈ, ਆਵਾਜ਼ ਨੂੰ ਵੀ ਜਿੱਦਾਂ ਮਰਜ਼ੀ ਕਰ ਲਓ। ਸੋ ਟੈਕਨੀਕਲ ਗਾਣੇ ਆ ਜਿਹੜੇ ਦਿਲ ਨੂੰ ਟੱਚ ਨਹੀਂ ਕਰਦੇ, ਸਿਰਫ ਦੇਖਣ ਵਾਸਤੇ ਆ ਗਾਣੇ, ਸੁਣਨ ਵਾਸਤੇ ਨਹੀਂ, ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਤੁਹਾਡੇ ਤੇ ਜੀ। ਬਿਲਕੁਲ, ਇਹ ਚੀਜ਼ਾਂ ਦਾ ਫਰਕ ਤਾਂ ਅਸਰ ਪੈਂਦਾ ਹੀ ਹੈ। ਤੇ ਦੂਜੇ ਪਾਸੇ ਜੇ ਇਹ ਗੱਲ ਕਰੀਏ ਕਿ ਜਿਹੜੀ ਅੱਜ ਦੀ ਮਿਊਜ਼ਿਕ ਇੰਡਸਟਰੀ ਹੈ, ਇੱਕ ਜਦੋਂ ਕਿਸੇ ਸਿੰਗਰ ਨੂੰ ਕਹਿੰਦੇ ਆ ਨਾ ਕਿ ਤੂੰ ਬਈ ਇਦਾਂ ਦਾ ਕਿਉਂ ਕਰਨਾ, ਤਾਂ ਉਹ ਕਹਿੰਦਾ ਵੀ ਸੁਣਦੀ ਇਹੋ ਜਿਹੇ ਆ, ਅਕਸਰ ਹੀ ਸੁਣਨ ਨੂੰ ਇਹ ਮਿਲਦਾ ਕਿ ਜੇ ਇਹੋ ਜਿਹਾ ਲੋਕ ਚਾਹੁੰਦੇ ਅਸੀਂ ਤਾਂ ਉਹੋ ਜਿਹਾ ਪੇਸ਼ ਕਰੇ, ਕਿ ਵਾਕਈ ਲੋਕ ਇਹੋ ਜਿਹਾ ਚਾਹੁੰਦੇ ਜਿਵੇਂ ਗੈਂਗਸਟਰ ਟਾਈਪ ਜਾਂ ਇਦਾਂ ਦਾ? ਨਹੀਂ, ਬਿਲਕੁਲ ਨਹੀਂ ਜੀ, ਇਹ ਕਦੇ ਵੀ ਨਹੀਂ ਹੁੰਦਾ ਗਾ। ਦੇਖੋ, ਮੈਂ ਸਮਝਦਾ ਕਿ ਹਰ ਬੰਦੇ ਦਾ ਇੱਕ ਸੁਭਾਅ ਹੁੰਦਾ, ਠੀਕ ਹੈ, ਮੈਂ 100% ਨਹੀਂ ਸਮਝਦਾ, ਮੈਂ 10-20% ਇਸ ਚੀਜ਼ ਦੇ ਮੈਂ ਹੱਕ 'ਚ ਹੈਗਾ ਜੀ, 10-20% ਜਿੱਦਾਂ ਮੈਂ ਖੁਦ ਗੁਰਬਾਣੀ ਵੀ ਗਾਈ ਹੈ, ਮੈਂ ਫੋਕ ਵੀ ਗਾਇਆ, ਮੈਂ ਪੌਪ ਵੀ ਗਾਇਆ, ਮੈਂ ਨਸ਼ੇ ਦੇ ਗੀਤ, ਮੈਂ ਧੀਆਂ ਭੈਣਾਂ ਦੇ ਗੀਤ ਵੀ ਗਾਏ ਹੈ, ਹੈ ਨਾ, ਮੈਂ ਹਰ ਤਰ੍ਹਾਂ ਦਾ ਗੀਤ ਗਾਇਆ। ਮੈਨੂੰ ਗਾਉਣਾ ਉਹ ਕਿਉਂ ਪੈਂਦਾ ਹੈ? ਕਿਉਂਕਿ ਮਾਰਕੀਟ ਦੇ ਵਿੱਚ ਜੇ ਰਹਿਣਾ, ਜੇ ਆਪਣਾ ਵਜੂਦ ਬਣਾ ਕੇ ਰੱਖਣਾ, ਜੇ ਮੈਨੂੰ ਕੋਈ ਪੁੱਛਦਾ ਹੀ ਨਹੀਂ, ਮੈਨੂੰ ਕੋਈ ਬੁੱਕ ਹੀ ਨਹੀਂ ਕਰਦਾ, ਤੇ ਮੈਂ ਕਿੰਨਾ ਚਿਰ ਜਿਉਂਗਾ? ਮੈਂ ਚੁੱਪ ਕਰ ਜਾਊਂਗਾ। ਸੋ ਮੈਨੂੰ ਸਟੈਂਡ ਆਪਣੇ ਆਪ ਨੂੰ ਰੱਖਣ ਵਾਸਤੇ ਲੋਕਾਂ ਦੇ ਨੇੜੇ ਤੇੜੇ ਪਹੁੰਚਣਾ ਪਊਗਾ, ਪਰ ਉਹਦੇ ਨਾਲ ਨਾਲ ਇਹ ਚੱਕਰ ਲਾਜ਼ਮੀ ਹੈ ਕਿ ਮੈਨੂੰ ਜੋ ਗਾਉਣਾ ਚਾਹੀਦਾ, ਸਮਾਜ ਲਈ ਜੋ ਗਾਉਣਾ ਚਾਹੀਦਾ, ਉਹ ਮੈਨੂੰ ਲਾਜ਼ਮੀ ਗਾਉਣਾ ਪਊਗਾ, ਕਿਉਂਕਿ ਹਰ ਤਰ੍ਹਾਂ ਦੀ ਆਡੀਅੰਸ ਹੁੰਦੀ ਹੈ। ਆਪਾਂ ਅੱਜ ਦੀ ਗੱਲ ਹੀ ਕਰ ਲਈਏ, ਜਿੱਥੇ ਸਿੱਧੂ ਮੂਸੇਵਾਲ ਚੱਲਦਾ, ਜਿੱਥੇ ਕਰਨ ਔਜਲਾ ਚੱਲਦਾ, ਕਹਿੰਦੇ ਲੋਕੀ ਇਦਾਂ ਦੇ ਗਾਣੇ ਸੁਣਦੇ ਆ, ਤੇ ਸਰਤਾਜ ਨੂੰ ਲੋਕ ਕਿਉਂ ਸੁਣਦੇ ਆ? ਲੋਕ ਸਰਤਾਜ ਨੂੰ ਵੀ ਤਾਂ ਸੁਣਦੇ ਆ ਨਾ, ਲੋਕੀ ਗੁਰਦਾਸ ਮਾਨ ਨੂੰ ਵੀ ਸੁਣਦੇ ਆ, ਕਵਰ ਗਰੇਵਾਲ ਨੂੰ ਵੀ ਸੁਣਦੇ ਆ, ਸਲੀਮ ਨੂੰ ਵੀ ਸੁਣਦੇ ਆ, ਨਿਰਮਲ ਸਿੱਧੂ ਨੂੰ ਵੀ ਸੁਣਦੇ ਆ, ਕੋਈ ਸ਼ੱਕ ਨਹੀਂ, ਦੁਨੀਆ ਹਰ ਤਰ੍ਹਾਂ ਦੀ ਹੈ,
जगजीत सिंह भी लोग सुनते सी सब तो ज्यादा रश सब तो ज्यादा टिकटा जगजीत सिंह दी गजल गजलां ही गाँव से बिलकुल हर तरह की दुनिया होंगी है तुम अंदरों जिदा के होंगे है तुम ओदा का अपने आप न बना लें जां कई वारी दिखावे दे विच जां कई वारी यंगस्टर नूं नाल जोड़ना ऐसी गल नहीं है यंगस्टर भी ऐसे है जिहड़े गज़लां सुणदे आ ठीक है ना असीं बॉलीवुड म्यूजिक जदों सुणदे आ सोनू निगम नूं सुणदे आ तां असीं सुरीला म्यूजिक ही सुणदे आ बिलकुल जरूरी नहीं कि बंदूकां वाले गाने ही असीं पसंद करदे आ सिर्फ इह आ कि असीं कई वारी नाल रलण दी खातर भीड़ दे नाल रलण दी खातर असीं इदां दा गाउण लग पैंदे आ पर मैं समझदा कि एक लैवल जिहा रखना बहुत जरूरी है तुहानूं पंजाब दे नाल भी जुड़ना पऊगा पंजाबीयत नाल भी जुड़ना पऊगा जे तुसी नहीं जुड़ोगे तो फिर तुसी थोड़ा बाइकाट ही हो जाऊ इस तरह का जी ती भाजी एक होर चीज मैं देखी सी जिवें तुसी इंटरव्यू दे विच तुसी एक पैग वाले गाने दा बड़ा जिक्र कीता सी हां जी कि ओ वाकई ही ओ होस्टल वाले बच्चों ते ओ सेहत ते असर पैंदा ओ चीज दा तुहानूं नहीं लगदा ਤੁਹਾਨੂੰ ਲੱਗਦਾ ਕਿ ਨਹੀਂ ਲੱਗਦਾ ਪਹਿਲਾਂ ਚੱਲ ਤੁਸੀਂ ਦੱਸੋ ਨਹੀਂ ਦੇਖੋ ਜਿਹੜੀ ਇੱਕ ਮੈਂ ਇੱਕ ਇਹ ਵੀ ਸੋਚਦਾ ਹਾਂਗਾ ਕਿ ਉਹ ਇੱਕ ਵਿਅੰਗ ਆ ਜਿਵੇਂ ਇੱਕ ਆਪਣਾ ਗਾਉਣ ਦਾ ਸਟਾਈਲ ਆ ਇੱਕ ਆਪਣਾ ਜਿੱਦਾਂ ਕਹਿੰਦੇ ਡੈਮੋਕ੍ਰੇਸੀ ਆ ਕੀ ਉਹ ਗਾ ਸਕਦੇ ਆ ਆਜ਼ਾਦੀ ਵੀ ਇੱਕ ਹਿਸਾਬ ਦੀ ਨਹੀਂ ਨਹੀਂ ਦੇਖੋ ਇਹਦਾ ਆਜ਼ਾਦੀ ਇਹ ਆ ਵੀ ਤੁਸੀਂ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਕਿਸੇ ਨੇ ਤੁਹਾਡੇ ਦੇ ਨਾਲ ਧੱਕਾ ਕੀਤਾ ਤੇ ਤੁਸੀਂ ਉਹਨੂੰ ਮਾਰ ਦਿਓ ਜੀ ਕਿਉਂਕਿ ਆਪਾਂ ਕਹਿੰਦੇ ਆ ਨਾ ਅਦਲੇ ਦਾ ਬਦਲਾ ਇਹ ਵੀ ਤਾਂ ਹੈਗਾ ਪਰ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਨਹੀਂ ਮਾਰ ਸਕਦੇ ਤੁਸੀਂ ਦੱਸੋ ਕਾਨੂੰਨ 'ਚ ਲੈ ਕੇ ਆਓ ਗੱਲ ਅਦਾਲਤ 'ਚ ਲੈ ਕੇ ਆਓ ਸਜ਼ਾ ਦਿਓ ਉਹਨੂੰ ਤੁਸੀਂ ਨਹੀਂ ਮਾਰ ਸਕਦੇ ਸੋ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਹਾਂ ਮੇਰਾ ਦਿਲ ਕਰਦਾ ਮੈਂ ਯਾਰ ਪੜ੍ਹਦਾ ਹੁੰਦਾ ਸੀਗਾ ਉਦੋਂ ਫਿਰ ਅਸੀਂ ਪੀਂਦੇ ਹੁੰਦੇ ਸੀਗੇ ਇਹਦਾ ਮਤਲਬ ਉਹ ਦੱਸ ਰਿਹਾ ਕਿ ਅਸੀਂ ਉਦੋਂ ਦਾਰੂ ਪੀਂਦੇ ਹੁੰਦੇ ਸੀਗੇ ਅਸੀਂ ਹੋਸਟਲ ਚਾਹ ਕਰਦੇ ਸੀਗੇ ਸੋ ਉਹਨਾਂ ਨੇ ਤਾਂ ਕਰ ਲਿਆ ਲੇਕਿਨ ਜਿਹੜੇ ਅੱਜ ਬੱਚੇ ਆ ਉਹ ਬੱਚੇ ਵੀ ਇਹ ਚਾਹੁੰਗੇ ਨਾ ਫਿਰ ਅਸੀਂ ਕਿਉਂ ਨਹੀਂ ਪੀ ਸਕਦੇ ਉਹ ਬੱਚੇ ਪੀਣਗੇ ਔਰ ਪੀਂਦੇ ਵੀ ਆ ਡਿੱਗੀਆਂ ਕਾਲਜਾਂ ਵਿੱਚ ਕਿੰਨੇ ਤਾਂ ਵੀਡੀਓ ਦੇਖਦੇ ਆਪਾਂ ਯੂਨੀਵਰਸਿਟੀਆਂ ਦੇ ਵਿੱਚ ਕਤਲੇਆਮ ਹੁੰਦਾ ਕਦੇ ਸਾਡੇ ਵੇਲੇ ਤਾਂ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਟੀਚਰ ਦੇ ਹੱਥ 'ਚ ਇੱਕ ਡੰਡਾ ਜਿਹਾ ਹੁੰਦਾ ਸੀਗਾ ਤੇ ਕਦੇ ਉਹ ਉਂਗਲਾਂ ਦੇ ਪੈਂਦਾ ਜਦੋਂ ਬਹੁਤ ਜ਼ਿਆਦਾ ਤੁਸੀਂ ਗਲਤੀ ਕਰਦੇ ਸੀਗੇ ਲੇਕਿਨ ਅੱਜ ਯੂਨੀਵਰਸਿਟੀਆਂ ਵਿੱਚ ਕਾਲਜਾਂ ਦੇ ਵਿੱਚ ਰਾਡ ਹੁੰਦੇ ਆ ਰਿਵਾਲਵਰ ਹੁੰਦੇ ਆ ਸਟੇਨ ਗੰਨਾਂ ਹੁੰਦੀਆਂ ਇਹ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਮੈਂ ਸਮਝਦਾ ਕਿ ਸੰਗੀਤ ਲੋਕੀ ਕਹਿੰਦੇ ਆ ਵੀ ਸੰਗੀਤ ਦਾ ਤਾਂ ਅਸਰ ਨਹੀਂ ਪੈਂਦਾ ਇਹ ਸ਼ਰੇਆਮ ਹੀ ਮਤਲਬ ਨਰਾਦਰ ਹੈ ਸੰਗੀਤ ਦਾ ਜਾਂ ਇਹ ਕਹਿ ਲਓ ਵੀ ਉਸ ਬੰਦੇ ਨੂੰ ਨੌਲੇਜ ਨਹੀਂ ਸੰਗੀਤ ਬਾਰੇ ਸੰਗੀਤ ਦਾ ਅਸਰ ਜਿਹੜਾ ਇੱਥੋਂ ਤੱਕ ਹੈ ਗਾਵਾਂ ਮੱਝਾਂ ਤੇ ਵੀ ਅਸਰ ਹੁੰਦਾ ਜੀ ਅਮਰੀਕਾ ਦੇ ਵਿੱਚ ਐਸੀਆਂ ਮਤਲਬ ਲੈਬੋਰਟਰੀਜ਼ ਹੈਗੀਆਂ ਐਸੀ ਲੋਕਾਂ ਦਾ ਬਿਜ਼ਨਸ ਹੈ ਕਿ ਉਹ ਗਾਵਾਂ ਮੱਝਾਂ ਨੂੰ ਮਿਊਜ਼ਿਕ ਸੁਣਾਉਂਦੇ ਆ ਕਿ ਉਹ ਗਾਵਾਂ ਮੱਝਾਂ ਜ਼ਿਆਦਾ ਦੁੱਧ ਦਿੰਦੀਆਂ ਔਰ ਆਪਣੇ ਦੇ ਅਸਰ ਹੁੰਦਾ ਜਦੋਂ ਮਰਗ ਹੁੰਦੀ ਹੈ ਤੇ ਅਸੀਂ ਉੱਥੇ ਨੌਵੇਂ ਪਾਤਸ਼ਾਹ ਦੇ ਸ਼ਲੋਕ ਲਾਉਨੇ ਅਸੀਂ ਹੈਨਾ ਉਦੋਂ ਅਸੀਂ ਇਦਾਂ ਦਾ ਸ਼ਬਦ ਨਹੀਂ ਲਾ ਸਕਦੇ ਖੁਸ਼ੀ ਦਾ ਨਹੀਂ ਲਾ ਸਕਦੇ ਤੇ ਜਦੋਂ ਖੁਸ਼ੀ ਦਾ ਕੋਈ ਫੰਕਸ਼ਨ ਹੁੰਦਾ ਹੈ ਉਦੋਂ ਅਸੀਂ ਨੌਵੇਂ ਪਾਤਸ਼ਾਹ ਦੇ ਸ਼ਲੋਕ ਥੋੜੇ ਲਾਉਨੇ ਆ ਅਸੀਂ ਉਦੋਂ ਮਤਲਬ ਇਹ ਸ਼ਬਦਾਂ ਦਾ ਵੀ ਅਸਰ ਹੈ ਸੰਗੀਤ ਦਾ ਵੀ ਅਸਰ ਹੈ ਸਾਜ਼ਾਂ ਦਾ ਵੀ ਅਸਰ ਹੈ ਜਦੋਂ ਡੈਥ ਹੋ ਜਾਂਦੀ ਹੈ ਕਿਸੇ ਬਹੁਤ ਵੱਡੇ ਬੰਦੇ ਦੀ ਤਾਂ ਉਦੋਂ ਇੱਕ ਵਾਇਲਨ ਜਾਂ ਸਰੰਗੀ ਵਜਾਈ ਜਾਂਦੀ ਹੈ ਉਦੋਂ ਕੋਈ ਹੋਰ ਇੰਸਟਰੂਮੈਂਟ ਨਹੀਂ ਵਜਾਇਆ ਜਾਂਦਾ ਰਾਸ਼ਟਰੀ ਸ਼ੋਕ ਮਨਾਇਆ ਜਾਂਦਾ ਉਹਦੇ ਲਈ ਸਰੰਗੀ ਹੀ ਸਭ ਤੋਂ ਜ਼ਿਆਦਾ ਸੈਡਨੈਸ ਹੈ ਵਾਇਲਨ ਹੀ ਸਭ ਤੋਂ ਜ਼ਿਆਦਾ ਸੈਡਨੈਸ ਹੁੰਦੀ ਹੈ ਹਾਰਮੋਨੀਅਮ ਨਹੀਂ ਵੱਜਦਾ ਕੀਬੋਰਡ ਨਹੀਂ ਵੱਜਦਾ ਮੈਂਡੋਲੀਨ ਨਹੀਂ ਵੱਜਦਾ ਕਿਉਂਕਿ ਮੈਂਡੋਲੀਨ ਦੇ ਵਿੱਚ ਤੁਸੀਂ ਸੈਡਨੈਸ ਨਹੀਂ ਲਿਆ ਸਕਦੇ ਉਦਾਸੀ ਨਹੀਂ ਲਿਆ ਸਕਦੇ ਹਰ ਚੀਜ਼ ਦਾ ਅਸਰ ਹੈ ਇੱਥੋਂ ਤੱਕ ਕੱਪੜੇ ਦਾ ਅਸਰ ਹੈ ਗਰਮੀ ਦੇ ਵਿੱਚ ਅਸੀਂ ਕਾਲਾ ਕੱਪੜਾ ਨਹੀਂ ਪਾਉਂਦੇ ਚਿੱਟਾ ਪਾਉਣੇ ਹੈ ਸਰਦੀ ਦੇ ਵਿੱਚ ਅਸੀਂ ਕਾਲਾ ਪਾਉਣੇ ਕਿਉਂਕਿ ਸੂਰਜ ਦੇ ਨਾਲ ਕੱਪੜੇ ਦਾ ਵੀ ਸੰਬੰਧ ਹੈ ਸੋ ਹਰ ਚੀਜ਼ ਦਾ ਅਸਰ ਹੁੰਦਾ ਹੈ ਲੇਕਿਨ ਜਦੋਂ ਬੰਦੇ ਨੂੰ ਪੈਸੇ ਦਾ ਲਾਲਚ ਹੁੰਦਾ ਹੈ ਉਦੋਂ ਬੰਦਾ ਬਹੁਤ ਸਾਰੀਆਂ ਫਿਰ ਗੱਲਾਂ ਕਹਿ ਦਿੰਦਾ ਨਹੀਂ ਜੀ ਇਹਦੇ ਨਾਲ ਤਾਂ ਕੋਈ ਅਸਰ ਨਹੀਂ ਪੈਂਦਾ ਬੜੇ ਕਲਾਕਾਰ ਕਹਿ ਰਹੇ ਆ ਬਈ ਜਿਹੜੇ ਅਸੀਂ ਗਾਣੇ ਗਾਉਣੇ ਇਹਨਾਂ ਦਾ ਤਾਂ ਕੋਈ ਅਸਰ ਨਹੀਂ ਜੇ ਤਾਂ ਵੈਸੇ ਹੀ ਹੈ ਪਰ ਮੈਂ ਸਮਝਦਾ ਨਹੀਂ ਅਸੀਂ ਜਿਹੜਾ ਵੀ ਗਾਣਾ ਗਾਉਣੇ ਆ ਉਹ ਤਾਂ ਅਸਰ ਹੈ ਜੇ ਚੰਗਾ ਗਾਉਣੇ ਆ ਤਾਂ ਯੂਥ ਤੇ ਚੰਗਾ ਅਸਰ ਪੈਂਦਾ ਜੇ ਮਾੜਾ ਗਾਉਣੇ ਆ ਤੇ ਉਹ ਮਾੜਾ ਪੈਂਦਾ ਇਹ ਗੱਲ ਵੱਖਰੀ ਹੈ ਅਸੀਂ ਉਹ ਚੀਜ਼ ਨੂੰ ਮੰਨੀਏ ਜਾਂ ਨਾ ਮੰਨੀਏ ਅੱਛਾ ਦੂਜੇ ਸ਼ਬਦਾਂ 'ਚ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਸੰਗੀਤ ਹੈ ਉਹ ਰੂਹ ਦੀ ਖੁਰਾਕ ਹੈ ਕਿ ਫਿਰ ਇਹੋ ਜਿਹੇ ਗੀਤ ਵੀ ਰੂਹ ਦੀ ਖੁਰਾਕ ਨਹੀਂ ਬਣਦੇ ਦੇਖੋ ਸੰਗੀਤ ਹੁੰਦਾ ਤਾਂ ਰੂਹ ਦੀ ਖੁਰਾਕ ਵਾਸਤੇ ਹੈ ਪਰ ਮੈਂ ਸਮਝਦਾ ਵੀ ਅੱਜ ਦਾ ਜਿਹੜਾ ਸੰਗੀਤ ਹੈ ਇਹ ਸਾਡੀ ਰੂਹ ਦੀ ਖੁਰਾਕ ਨਹੀਂ ਹੈ ਇਹ ਸਾਡੇ ਮਨ ਦੇ ਵਲਵਲੇ ਹੈ ਜੀ ਜਿੱਦਾਂ ਅਸੀਂ ਨੱਚਣਾ ਚਾਹੁੰਦੇ ਹਾਂ ਉਹਦੇ ਲਈ ਸਾਨੂੰ ਪਹਿਲਾਂ ਤਾਂ ਦਾਰੂ ਚਾਹੀਦੀ ਹੈ ਜਿਹੜਾ ਅੱਜ ਦਾ ਸੰਗੀਤ ਬਣਦਾ ਨਾ ਇਹ ਸੰਗੀਤ ਦਾ ਸੰਬੰਧ ਹੁੰਦਾ ਹੈ ਤੀਸਰੇ ਨੇਤਰ ਨਾਲ ਜਿਹੜੇ ਪੁਰਾਣੇ ਗਾਣੇ ਆ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗਾਣੇ ਆ ਲਤਾ ਮੰਗੇਸ਼ਕਰ ਆਸ਼ਾ ਭੋਂਸਲੇ ਮੁਕੇਸ਼ ਰਫੀ ਸਾਹਿਬ ਦੇ ਗਾਣੇ ਆ ਉਹ ਗਾਣੇ ਅੱਜ ਵੀ ਅਸੀਂ ਸੁਣਦੇ ਆ 50-60 ਸਾਲ ਪੁਰਾਣੇ ਗੀਤ ਹੈ ਤਾਂ ਅੱਖਾਂ ਬੰਦ ਹੋ ਜਾਂਦੀਆਂ ਜੀ ਅੱਜ ਦਾ ਜਿਹੜਾ ਸੰਗੀਤ ਹੈ ਇਹ ਅੱਖਾਂ ਬੰਦ ਕਰਕੇ ਸੁਣਨ ਵਾਲਾ ਨਹੀਂ ਕਿਉਂਕਿ ਇਹ ਦੋ ਨੇਤਰਾਂ ਵਾਸਤੇ ਬਣਦਾ ਅੱਜ ਦਾ ਜਿਹੜਾ ਸੰਗੀਤ ਹੈ ਉਹ ਦਾਰੂ ਪੀਤੀ ਹੋਵੇ ਤੁਹਾਡੀ ਤੁਸੀਂ ਨੱਚਣਾ ਹੋਵੇ ਤਾਂ ਫਿਰ ਉਹ ਸੰਗੀਤ ਚੰਗਾ ਲੱਗਦਾ ਈਵਨ ਤੁਸੀਂ ਗੱਡੀਆਂ ਚਲਾਉਣੇ ਲੋਕ ਉੱਥੇ ਵੀ ਨੱਚਦੇ ਆ ਟਰੈਕਟਰ ਚਲਾਉਂਦੇ ਲੋਕ ਉੱਥੇ ਵੀ ਨੱਚਦੇ ਆ ਇਹ ਨੱਚਣ ਵਾਸਤੇ ਸੰਗੀਤ ਹੈ ਇਹ ਕੁਝ ਸਮੇਂ ਲਈ ਸੰਗੀਤ ਹੈ ਜਦੋਂ ਦਾਰੂ ਤੁਹਾਡੀ ਨਹੀਂ ਪੀਤੀ
ਜਦੋਂ ਤੁਸੀਂ ਬਿਮਾਰ ਹੈ ਤੁਸੀਂ ਗਾਣਾ ਕਿਸੇ ਬਿਮਾਰ ਨੂੰ ਸੁਣਾ ਕੇ ਦੇਖੋ ਬੰਦਾ ਕਹੂਗਾ ਜਦ ਮੈਂ ਮਰ ਜਾਊਂਗਾ ਜਾਂ ਇਹਨੂੰ ਬੰਦ ਕਰ ਦੇ ਜੀ ਜਦ ਕਿ ਸੰਗੀਤ ਇਹ ਹੈ ਉਹ ਜਿੰਦਾ ਕਰਦਾ ਹੈ ਜਿੰਦਾ ਕਰਦਾ ਸੰਗੀਤ ਐਸਾ ਹੁੰਦਾ ਕਿ ਸੰਗੀਤ ਵੱਜੇ ਤੇ ਬੰਦਾ ਕਹੇ ਯਾਰ ਨੀਂਦ ਆਉਂਦੀ ਹੈ ਮੈਂ ਇਦਾਂ ਦਾ ਸੰਗੀਤ ਸੁਣਦਾ ਆਪਣੇ ਵਾਸਤੇ ਪਰਸਨਲ ਕਿ ਮੈਂ ਮਤਲਬ ਜਿੱਦਾਂ ਮੇਰੇ ਘਰ ਦੇ ਕਹਿੰਦੇ ਵੀ ਤੁਹਾਡੇ ਸੁੱਚ ਲੱਗੀ ਹੈ ਵੀ ਤੁਸੀਂ ਜਦੋਂ ਚਾਹੋ ਸੌਂ ਸਕਦੇ ਹੋ ਮੈਂ ਇਦਾਂ ਦੇ ਸੰਗੀਤ ਹੈ ਮੇਰੇ ਕੋਲੇ ਮੇਰੀ ਪੋਤਰੀ ਹੈ ਜੀ ਅਜੇ 8 ਮਹੀਨੇ ਦੀ ਹੈ ਇੱਕ ਯੂਟਿਊਬ ਤੇ 뮤직 ਹੈ ਸਲੀਪ 뮤직 ਹੈ ਤੁਸੀਂ ਯੂਟਿਊਬ ਤੇ ਪਾ ਕੇ ਦੇਖ ਸਲੀਪਿੰਗ 뮤직 ਸਲੀਪ 뮤직 ਉਹ ਜਿੰਨਾ ਮਰਜ਼ੀ ਰੋਂਦੀ ਹੋਵੇ ਜਦੋਂ ਅਸੀਂ ਉਹ 뮤직 ਲਗਾ ਦਿੰਨੇ ਆ ਜੀ ਵਿਦ ਇਨ 10 ਐਂਡ 15 ਸੈਕਿੰਡ ਓਕੇ ਉਹ ਸੌਂ ਜਾਂਦੀ ਹੈ 15 ਸੈਕਿੰਡ ਦੇ ਵਿੱਚ ਉਹ ਸੌਂ ਜਾਂਦੀ ਹੈ ਮੈਂ ਐਸੇ ਸੰਗੀਤ ਦਾ ਅਧਿਐਨ ਕੀਤਾ ਹੈ ਕੁਲਵਿੰਦਰ ਕਮਲ ਬੜਾ ਵੱਡਾ ਸਿੰਗਰ ਹੈ ਉਹਨਾਂ ਦਾ ਬੇਟਾ ਸੀਗਾ ਜਦੋਂ ਕੋਈ ਹਾਈ ਪਿਚ ਦੀ ਫਲੂਟ ਵੱਜਦੀ ਸੀ ਉਹ ਚੀਕਾ ਮਾਰਦਾ ਸੀਗਾ ਜੀ ਉਹਨੂੰ ਜਦੋਂ ਰੋਣਾ ਹੁੰਦਾ ਸੀ ਜਾਂ ਜਗਾਉਣਾ ਹੁੰਦਾ ਸੀਗਾ ਤੇ ਉਹ ਅਸੀਂ ਇੱਕ ਗਾਣਾ ਲਾਉਂਦੇ ਹੁੰਦੇ ਸੀਗੇ ਉਹ ਚੀਕਾ ਮਾਰ ਕੇ ਉੱਠਦਾ ਸੀਗਾ ਯਾਨੀ ਕਿ ਫ੍ਰੀਕੁਐਂਸੀ ਸੰਗੀਤ ਦਾ ਸੰਬੰਧ ਹੈ ਫ੍ਰੀਕੁਐਂਸੀਜ਼ ਨਾਲ ਸੰਬੰਧ ਹੁੰਦਾ ਸੰਗੀਤ ਦਾ ਉਹ ਫ੍ਰੀਕੁਐਂਸੀ ਤੁਹਾਡੇ ਦਿਮਾਗ ਨਾਲ ਇਦਾਂ ਦੀ ਮੈਚ ਕਰਦੀ ਹੈ ਜਾਂ ਤਾਂ ਤੁਹਾਨੂੰ ਰਿਲੈਕਸ ਕਰਦੀ ਹੈ ਜਾਂ ਤੁਹਾਨੂੰ ਟੈਨਸ਼ਨ 'ਚ ਲੈ ਕੇ ਆਉਂਦੀ ਹੈ ਸੋ ਬੱਚਾ ਰੋਂਦਾ ਸੀਗਾ ਔਰ ਮੇਰੀ ਪੋਤਰੀ ਜਿਹੜੀ ਹੈ ਉਹ ਸੌਂ ਜਾਂਦੀ ਹੈ ਸੋ ਇਦਾਂ ਦਾ ਸੰਗੀਤ ਹੈ ਈਵਨਿੰਗ 뮤직 ਵੱਖਰਾ ਹੁੰਦਾ ਹੈ ਯੋਗਾ 뮤직 ਵੱਖਰਾ ਹੁੰਦਾ ਹੈ ਰਿਲੈਕਸਿੰਗ 뮤직 ਵੱਖਰਾ ਹੁੰਦਾ ਹੈ ਇਸੇ ਤਰ੍ਹਾਂ ਗਾਣੇ ਵੀ ਹੁੰਦੇ ਆ ਕੁਝ ਗਾਣੇ ਮਨ ਨੂੰ ਸ਼ਾਂਤੀ ਦਿੰਦੇ ਆ ਕੁਝ ਗਾਣੇ ਮਨ ਨੂੰ ਭਟਕਣਾ ਲਾਉਂਦੇ ਆ ਜੀ ਕੁਝ ਗਾਣੇ ਐਦਾਂ ਦੇ ਹੁੰਦੇ ਆ ਜਿਹੜੇ ਬੰਦੇ ਨੂੰ ਕਹਿੰਦੇ ਆ ਵੀ ਹੁਣ ਕਿੱਥੇ ਗੰਡਾਸਾ ਮੈਂ ਚੱਕ ਲਾਂ ਤੇ ਸਿਰ 'ਚ ਮਾਰਦਾ ਇਹ ਸੰਗੀਤ ਹੈ ਸੰਗੀਤ ਦਾ ਅਸਰ ਹੈ ਸੋ ਤੁਸੀਂ ਕਿੱਦਾਂ ਦਾ ਸੰਗੀਤ ਸੁਣਨਾ ਚਾਹੁੰਦੇ ਹੋ ਤੁਹਾਡੇ ਤੇ ਨਿਰਭਰ ਕਰਦਾ ਹੈ ਜਾਂ ਤੁਸੀਂ ਅੰਦਰੋਂ ਕਿੱਦਾਂ ਦੇ ਹੋ ਤੁਹਾਡੀ ਨੇਚਰ ਕਿੱਦਾਂ ਦੀ ਹੈ ਜਿੱਦਾਂ ਹੁਣ ਕੁਝ ਬੰਦੇ ਹੁੰਦੇ ਆ ਜਿਹੜੇ ਬੰਦੇ ਸਵੇਰੇ ਘਰੋਂ ਨਿਕਲਦੇ ਆ ਤੇ ਉਹਨਾਂ ਨੇ ਗਾਲਾਂ ਕੱਢਣੀਆਂ ਤੇ ਗਾਲਾਂ ਹੀ ਖਾਣੀਆਂ ਤੇ ਕੁਝ ਬੰਦੇ ਹੁੰਦੇ ਘਰੋਂ ਨਿਕਲਦੇ ਆ ਤੇ ਉਹ ਲੋਕਾਂ 'ਚ ਜਦੋਂ ਜਾ ਕੇ ਖੜਦੇ ਆ ਤੇ ਲੋਕੀ ਸਾਰੇ ਸਰਦਾਰ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਸਤਿ ਸ੍ਰੀ ਅਕਾਲ ਤੇ ਉਹ ਵੀ ਲੋਕਾਂ ਦੇ ਥਾਪੜ ਲੋਕਾਂ ਨੂੰ ਦਿੰਦੇ ਰਹਿੰਦੇ ਆ ਹਰ ਬੰਦੇ 'ਚ ਫਰਕ ਹੈ ਰਾਗਾਂ ਦੇ ਵਿੱਚ ਵੀ ਫਰਕ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਬਿਲਕੁਲ ਜੀ ਕੁਝ ਰਾਗ ਹੈ ਜਿਹੜੇ ਬਾਰਿਸ਼ ਪਵਾ ਦਿੰਦੇ ਆ ਕੁਝ ਰਾਗ ਹੈ ਜਿਹੜੇ ਅੱਗ ਲਾ ਦਿੰਦੇ ਆ ਹੈਨਾ ਕੀ ਬਾਤ ਹੈ ਕੁਝ ਰਾਗ ਹੈ ਜਿਹੜੇ ਸਵੇਰੇ 4 ਵਜੇ ਗਾਏ ਜਾਂਦੇ ਆ ਕੁਝ ਰਾਗ ਹੈ ਜਿਹੜੇ ਦੁਪਹਿਰੇ 12 ਵਜੇ ਗਾਏ ਜਾਂਦੇ ਆ ਕੁਝ ਰਾਗ ਹੈ ਜਿਹੜੇ ਸ਼ਾਮ ਨੂੰ 8 ਵਜੇ ਗਾਏ ਜਾਂਦੇ ਆ ਰਾਗਾਂ ਦਾ ਵੀ ਟਾਈਮ ਹੈ ਓਕੇ ਰਾਗਾਂ ਦੇ ਵੀ ਚੱਲਣ ਹੈ ਰਾਗ ਜਿਹੜਾ ਭੈਰਵ ਹੈ ਉਹ ਅਸੀਂ ਸ਼ਾਮ ਨੂੰ ਨਹੀਂ ਗਾ ਸਕਦੇ ਰਾਗ ਭੈਰਵ ਸਵੇਰ ਦਾ ਟਾਈਮ ਤੇ ਗਾਇਆ ਜਾਊਗਾ ਔਰ ਜਦੋਂ ਰਾਗ ਭੈਰ ਗਾਵਾਂਗੇ ਜਾਂ ਤਾਂ ਅਸੀਂ ਗੁਰਬਾਣੀ ਗਾਵਾਂਗੇ ਜਾਂ ਅਸੀਂ ਫਿਰ ਕੋਈ ਸੈਡ ਸੌਂਗ ਰੋਣ ਵਾਲਾ ਗਾਣਾ ਗਾਵਾਂਗੇ ਜੀ ਹੈਨਾ ਉਹਦੇ 'ਚ ਨੱਚਣ ਵਾਲਾ ਗਾਣਾ ਨਹੀਂ ਬਣਦਾ ਤੇ ਕੁਝ ਗਾਣੇ ਆ ਜਿਨ੍ਹਾਂ ਰਾਗਾਂ ਦੇ ਵਿੱਚ ਗਾਣੇ ਨੱਚਣ ਵਾਲੇ ਬਣਦੇ ਸਾਰੰਗ ਰਾਗ ਅਸੀਂ ਗਾਵਾਂਗੇ ਜਿੰਨੇ ਨੱਚਣ ਵਾਲੇ ਗਾਣੇ ਆ ਜਾਂ ਭੈਰਵੀ 'ਚ ਸਾਰੰਗ 'ਚ ਹੋਰ ਕਿਸੇ ਰਾਗ 'ਚ ਹੈ ਹੀ ਨਹੀਂ ਜੀ ਕਿਉਂਕਿ ਉਹ ਉਦਾਂ ਦਾ ਮਾਹੌਲ ਕ੍ਰੀਏਟ ਕਰਦੇ ਆ ਸੋ ਇਹ ਉਹੀਓ ਬੰਦਾ ਕਹਿ ਸਕਦਾ ਦਾਵਾ ਉਹ ਬੰਦਾ ਕਰ ਸਕਦਾ ਜਿਹਨੂੰ ਸੰਗੀਤ ਬਾਰੇ ਨੌਲੇਜ ਹੈ ਜਾਂ ਜਿਹਨੂੰ ਸੰਗੀਤ ਸੁਣਨ ਬਾਰੇ ਨੌਲੇਜ ਹੈ ਸੋ ਸੰਗੀਤ ਬਹੁਤ ਵੱਡਾ ਸਮੁੰਦਰ ਹੈ ਤੇ ਅੱਜ ਜਿਹੜੇ ਗਾਣੇ ਆ ਮੈਂ ਸਮਝਦਾ ਉਹ ਸੰਗੀਤ ਤੋਂ ਪਾਸੇ ਬਣਦੇ ਆ ਉਹ ਸੰਗੀਤ ਨਾਲ ਉਹਦਾ ਕੋਈ ਸੰਬੰਧ ਨਹੀਂ ਸਿਰਫ ਕੰਪਿਊਟਰ ਚਾਹੀਦਾ ਜਿਹੜੇ ਬੰਦੇ ਗਾਣੇ ਬਣਾਉਂਦੇ ਆ ਉਹਨਾਂ ਨੂੰ ਨਾ ਰਾਗ ਬਾਰੇ ਪਤਾ ਹੈ ਨਾ ਹਾਰਮੋਨੀਅਮ ਦੇ ਸੁਰਾਂ ਬਾਰੇ ਪਤਾ ਹੈ ਨਾ ਤਾਲ ਬਾਰੇ ਪਤਾ ਹੈ ਸਿਰਫ ਇਹ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਆ ਬੀਟ ਹੈ ਤੇ ਇਹ ਬੀਟ ਨੂੰ ਜੇ ਆ ਲਾ ਦਈਏ ਤੇ ਬੇਸ ਕੋ ਡਰਮ ਲਾ ਕੇ ਉਹ ਗਾਣਾ ਬਣਾ ਦਿੰਦੇ ਹੋ ਸੁਣਨ ਨੂੰ ਤੁਹਾਨੂੰ ਐ ਲੱਗਦਾ ਵੀ ਬੜਾ ਮਤਲਬ ਹਾਈ ਫਾਈ ਸੌਂਗ ਹੈ ਪਰ ਉਹਦੇ ਵਿੱਚ ਕੁਝ ਨਹੀਂ ਹੈ ਫੋਕ ਹੈ ਹਾਂ ਜੇ ਪਿਛਲੇ ਸਮੇਂ ਦੀ ਗੱਲ ਕਰੀ ਤੇ ਸਿਰਫ ਢੋਲਕ ਹਾਰਮੋਨੀਅਮ ਤਪਲਾ ਇਹਨਾਂ ਦੇ ਨਾਲ ਹੀ ਗੀਤ ਨੂੰ ਐਸਾ ਆਨੰਦ ਬਣ ਜਾਂਦਾ ਸੀ ਕਿ ਸੁਣ ਕੇ ਮਜ਼ਾ ਆਉਂਦਾ ਸੀ ਦੂਜੇ ਵੀਡੀਓਗ੍ਰਾਫੀ ਦਾ ਜਿਹੜਾ ਯੁੱਗ ਚੱਲ ਪਿਆ ਇਹਦੇ ਨਾਲ ਵੀ ਅਸਰ ਪਿਆ ਹੈਗਾ ਨਹੀਂ ਉਹ ਕਿਉਂਕਿ ਗਾਣਾ ਮੈਂ ਤੁਹਾਨੂੰ ਕਿਹਾ ਨਾ ਅੱਗੇ ਗਾਣੇ ਜਿਹੜੇ ਸੀਗੇ ਉਹ ਗਾਣੇ ਸੁਣਨ ਵਾਸਤੇ ਬਣਦੇ ਸੀ ਵੀਡੀਓ ਮੈਟਰ ਨਹੀਂ ਕਰਦਾ ਸੀਗਾ ਨਾ ਹੀ ਵੀਡੀਓ ਬਣਦੇ ਸੀਗੇ ਪਰ ਅੱਜ ਦੇ ਸਿੰਗਰ ਤਾਂ ਕਹਿੰਦੇ ਵੀਡੀਓ ਹੈ ਨਹੀਂ ਲੱਗਣਾ ਸਭ ਤੋਂ ਪਹਿਲਾਂ ਵੀਡੀਓ ਦਾ ਬਜਟ ਤਿਆਰ ਕੀਤਾ ਜਾਂਦਾ ਫਿਰ ਉਹਨੂੰ YouTube ਤੇ ਪਾ ਕੇ ਉਹਦੇ ਸਬਸਕ੍ਰਾਈਬ ਕਰਾਉਣੇ ਆ ਉਹਦੇ ਵਿਊ ਕਿੰਨੇ ਕਰਾਉਣੇ ਕਿੰਨੇ ਮਿਲੀਅਨ ਕਰਾਉਣੇ ਆ ਸਭ ਤੋਂ ਪਹਿਲਾਂ ਇਹਦੇ ਤੇ ਵਰਕ ਹੁੰਦਾ ਹੈ ਗਾਣੇ ਦੇ ਵਰਕ ਬਾਅਦ ਚ ਹੁੰਦਾ ਹੈ ਸੋ ਅੱਜ ਦਾ ਗਾਣਾ ਬਣਦਾ ਹੀ ਇਸ ਵਾਸਤੇ ਹੈ ਸਿਰਫ ਇੱਕ ਕਹਿ ਲਓ ਇੰਡਸਟਰੀ ਹੈ ਇਹ ਇੱਕ ਵਰਕਸ਼ਾਪ 'ਚ ਗਾਣਾ ਤਿਆਰ ਹੁੰਦਾ ਹੈ ਨਾ ਕਿ ਉਹ 뮤지컬 ਮਾਹੌਲ 'ਚ ਗਾਣਾ ਤਿਆਰ ਹੁੰਦਾ ਤੁਸੀਂ ਕੀ ਸੋਚ ਕੇ ਆਏ ਸੀ ਇੰਡਸਟਰੀ ਵਿੱਚ 뮤직 ਦੇ ਲਈ ਨਹੀਂ ਮੈਂ ਬੇਸਿਕਲੀ ਜਦੋਂ ਇਸ ਲਾਈਨ ਦੇ ਵਿੱਚ ਆਇਆ ਮੈਂ ਕੋਈ ਸੋਚ ਕੇ ਨਹੀਂ ਆਇਆ ਮੈਂ ਸੋਚਿਆ ਹੀ ਨਹੀਂ ਮੈਂ ਤਾਂ ਬਚਪਨ ਤੋਂ ਹੀ ਮਤਲਬ ਜਦੋਂ ਕਹਿ ਲਓ ਵੀ ਸੁਰਤ ਸੰਭਾਲੀ ਹੈ ਤੇ ਇਹ ਸਾਡੇ ਪਿੰਡ ਗੁਰਦੁਆਰਾ ਸਾਹਿਬ ਨੇ ਸੰਤ ਪ੍ਰਤਾਪ ਸਿੰਘ ਜੀ ਹੁੰਦੇ ਸੀਗੇ ਸਵੇਰੇ ਉਹ ਪਾਠ ਪੜ੍ਹਦੇ ਹੁੰਦੇ ਸੀਗੇ ਉਹ ਜਦੋਂ ਪਾਠ ਪੜ੍ਹਦੇ ਸੀਗੇ ਉਹਨਾਂ ਦਾ ਜਿਹੜਾ ਪਾਠ ਪੜ੍ਹਨ ਦਾ ਸਟਾਈਲ ਸੀਗਾ ਜਾਂ ਜਿਹੜੀ ਬਾਣੀ ਦਾ ਮੇਰੇ ਤੇ ਅਸਰ ਹੁੰਦਾ ਸੀ ਮੈਂ 4 ਵਜੇ ਕੰਧ ਟੱਪ ਕੇ ਘਰੋਂ ਚਲਾ ਜਾਂਦਾ ਸੀ ਜੀ ਸੋ ਮੈਂ ਤਾਂ ਮੈਨੂੰ ਤਾਂ ਸੰਗੀਤ ਨੇ ਖਿੱਚਿਆ ਤੇ ਮੈਂ ਸੰਗੀਤ ਸਿੱਖਿਆ ਮੈਂ ਗਾਣਾ ਬਹੁਤ ਦੇਰ ਬਾਅਦ ਸਟਾਰਟ ਕੀਤਾ ਸਭ ਤੋਂ ਪਹਿਲਾਂ ਮੈਂ ਰਾਗੀ ਬਣਿਆ ਪਾਠੀ ਬਣਿਆ ਫਿਰ ਮੈਂ ਰਾਗੀ ਬਣਿਆ ਫਿਰ ਮੈਂ ਢਾਡੀ ਬਣਿਆ ਫਿਰ ਮੈਂ ਕਵੀਸ਼ਰ ਬਣਿਆ ਫਿਰ ਮੈਂ ਟੀਚਰ ਬਣਿਆ ਫਿਰ ਮੈਂ ਪ੍ਰੋਫੈਸਰ ਬਣਿਆ ਫਿਰ ਮੈਂ 뮤직 ਡਾਇਰੈਕਟਰ ਬਣਿਆ ਕਿਤੇ ਜਾ ਕੇ ਐਂਡ ਦੇ ਉੱਤੇ ਘੱਟੋ ਘੱਟ 15 ਸਾਲਾਂ ਬਾਅਦ ਫਿਰ ਮੈਨੂੰ ਲੋਕਾਂ ਨੇ ਕਿਹਾ ਯਾਰ ਤੂੰ ਗਾ ਸਕਦਾ ਤੇਰੀ ਆਵਾਜ਼ ਬਹੁਤ ਵਧੀਆ
फिर मैं गाना गाना शुरू किया है। मतलब मैं सोच के नहीं आया मैं गाने वाला बनना है या मैं सिंगर बनना है, पर मैनू परमात्मा ने संगीत की मत दी सी, सुमत दी सी, मैं सीखिया उस्तादां ने मैनू सिखाया ते उहदे च मैनू ज्ञान इन्ना क हो गया कि मैं फिर चाहे गाना गा लवां चाहे कंपोजिशन कर लवां, चाहे बापू यमला जट होवे, चाहे सदीक साहब हो, चाहे माणक होवे, चाहे चमकीला होवे, चाहे रमला होवे, चाहे बिंदरखिया होवे, चाहे हंस होवे, चाहे सरदूल होवे, चाहे सलीम होवे, चाहे साबरकोटी होवे, चाहे जस्सी होवे, चाहे बलराज होवे, मतलब फिर मैं हर एक नूं अपने म्यूजिक च रिकॉर्ड किया। हजारां दे हिसाब नाल गाने मैं रिकॉर्ड किए एज ए म्यूजिक डायरेक्टर, फिल्मां दे विच, सीरियल च, ड्रामिआं च, कैसटां च, तव्यां च, रेडियो ते, टीवी ते, स्टेजां ते। एक्टिंग भी कीती फिल्मां च? हां बिल्कुल, मैं पहली फिल्म जिहड़ी मेरी सीगी ओह मोहम्मद सदीक साहब दी फिल्म गुड्डो सी, उहदे च मैं मेरा काफी रोल सीगा, सदीक साहब दे दोस्त बणे असी। मेरा शौक नहीं सीगा लेकिन धक्के नाल ही मैनूं कहिंदे नहीं तूं करना है, बंदा नहीं मिलिया कहिंदे तूं आ जा। उस तो बाद ट्रक ड्राइवर फिल्म दे विच गाना भी मैं गाया सीगा और उहदे च भी कम कीता सीगा। फिल्म च कम करना मेरा शौक नहीं है, सिर्फ इह आ कि कई वारी तुहानूं मजबूरन तौर ते करना पैंदा है, कई बार कर लईदा, ऐसी गल नहीं। बाकी गाणियां विच तां मैं काफी एक्टिंग कीती है ते हुण काफी फिल्मां वाले भी मैनूं कह रहे हैं वी हुण तुसीं फिल्मां दे विच वी आओ क्योंकि जमाना फिल्मां दा चल रहा है। तुम्हें दिल विच वसदी नी जदो निमा निमा हसदी तू मेरे दिल विच वसदी नी जदो निमा निमा हसदी हो अज जन्म जन्म दा तेरे ना इकरार करदा हां तू मैनू सोहनी लगदी मैं तैनू प्यार करदा हां तू मैनू सोहनी लगदी मैं तैनू प्यार करदा हां सोनिए नहीं जीना तेरे बिना नहीं जीना हो इक सोनी जी मुटियार दीवाना कर गई दीवाना कर गई कर गई। क्या बात है, मैं तुम्हें एक गल दसा जी, जी जो तुसी पुछया कि तुसी दसो मैं आही गीत सोचा सी ਪ੍ਰਵਾਨ ਕੀਤਾ ਇਹ ਤਿੰਨ ਗੀਤ ਮੈਂ ਗਾ ਦਿੱਤੇ ਆ ਔਰ ਤਿੰਨੇ ਗੀਤ ਇੰਨੇ ਹੀ ਜ਼ਿਆਦਾ ਪ੍ਰਵਾਨ ਕੀਤੇ ਲੋਕਾਂ ਨੇ ਤੇ ਇਸ ਕਰਕੇ ਮੇਰੇ ਮੂੰਹ ਜਦੋਂ ਨਿਕਲਦੇ ਫਿਰ ਤਿੰਨ ਗਾਣੇ ਨਿਕਲਦੇ। ਬਿਲਕੁਲ ਬਿਲਕੁਲ, ਕਿਆ ਬਾਤ ਹੈ, ਬਿਲਕੁਲ ਬਿਲਕੁਲ ਜੀ। ਸਿੱਧੂ ਸਾਹਿਬ ਜਿਵੇਂ ਅੱਜ ਤੁਸੀਂ ਆਪਣੇ ਜੱਦੀ ਪਿੰਡ ਬੈਠੇ ਹੋ ਹੈਨਾ ਤੇ ਇੱਥੇ ਆ ਕੇ ਫਿਰ ਜਦੋਂ ਸਕੂਨ ਮਿਲਦਾ ਜਿਹੜਾ ਆਪਦੇ ਘਰ ਵਿੱਚ ਸਕੂਨ ਮਿਲਦਾ ਉਹ ਵੱਖਰਾ ਹੀ ਹੁੰਦਾ ਨੇ। ਬਿਲਕੁਲ ਜੀ, ਮੈਂ ਬੇਸਿਕਲੀ ਇੰਗਲੈਂਡ ਦੇ ਵਿੱਚ ਹੀ ਰਹਿਣਾ ਮੈਂ ਤੇ ਅੱਜ ਕੱਲ ਪੱਕੇ ਇੰਗਲੈਂਡ ਹੈ, ਸਾਰੀ ਫੈਮਿਲੀ ਮੇਰੀ ਉੱਥੇ ਹੈ ਜੀ, ਲੇਕਿਨ ਜਿਹੜਾ ਮਨ ਹੈ ਉਹ ਜਿਹੜਾ ਲੱਗਦਾ ਮਨ ਉਹ ਇੱਥੇ ਹੀ ਲੱਗਦਾ, ਸੋ ਜਦੋਂ ਵੀ ਦਿਲ ਕਰਦਾ ਉਦੋਂ ਟਿਕਟ ਲਈਦੀ ਹੈ ਤੇ ਇੱਥੇ ਆ ਜਾਈਦਾ। ਔਰ ਪੰਜਾਬ ਨੂੰ ਛੱਡ ਕੇ ਅਸੀਂ ਲੋਕ ਜ਼ਿੰਦਾ ਨਹੀਂ ਰਹਿ ਸਕਦੇ ਕਿਉਂਕਿ ਪੰਜਾਬ ਦੀ ਮਿੱਟੀ 'ਚ ਪੈਦਾ ਹੋਏ ਹੈ, ਇੱਥੋਂ ਦੀ ਜਿਹੜੀ ਪੈਦਾ ਹੋਈਆਂ ਸਬਜ਼ੀਆਂ, ਇੱਥੋਂ ਦੇ ਫਰੂਟ, ਇੱਥੋਂ ਦੇ ਫਲ, ਇੱਥੋਂ ਦੇ ਲੋਕ। ਸੋ ਮੈਂ ਆਪਣਾ ਅੰਤਮ ਜਿਹਨੂੰ ਕਹਿ ਦਈਏ ਜਿਹੜਾ ਇੱਕ ਟਿਕਾਣਾ ਹੁੰਦਾ ਇਨਸਾਨ ਦਾ, ਮੈਂ ਉਹਦਾ ਪੂਰਾ ਇੰਤਜ਼ਾਮ ਕੀਤਾ ਕਿ ਮੇਰੀ ਪੂਰੀ ਤਮੰਨਾ ਹੈ ਕਿ ਮੈਂ ਅੰਤਮ ਸਵਾਸ ਜਦੋਂ ਲਵਾਂ ਆਪਦੇ ਪਿੰਡ 'ਚ ਲਵਾਂ, ਉਸੇ ਵਾਸਤੇ ਮੈਂ ਪਿੰਡ ਦੇ ਵਿੱਚ ਵੀ ਘਰ ਹੈ, ਪਿੰਡੋਂ ਬਾਹਰ ਵੀ ਘਰ ਹੈ, ਤਾਂ ਕਿ ਉੱਥੇ ਸ਼ਾਂਤੀ ਨਾਲ ਮੈਂ ਆਪਦਾ ਰਿਆਜ਼ ਕਰ ਸਕਾਂ, ਮਿਹਨਤ ਕਰ ਸਕਾਂ, ਆਪਣੇ ਸੱਜਣ ਮਿੱਤਰ ਯਾਰਾਂ ਦੋਸਤਾਂ ਨੂੰ ਮਿਲ ਸਕਾਂ। ਸੋ ਬਹੁਤ ਜ਼ਿਆਦਾ ਚੰਗਾ ਲੱਗਦਾ ਆਪਦੇ ਪੰਜਾਬ ਦੇ ਵਿੱਚ ਆ ਕੇ, ਆਪਣੇ ਏਰੀਏ 'ਚ ਆ ਕੇ, ਆਪਣੇ ਪਿੰਡ 'ਚ ਆ ਕੇ। ਕਰਮ ਕਰਨ ਵਾਸਤੇ ਜਾਣਾ ਪੈਂਦਾ ਕਿਉਂਕਿ ਪੂਰੀ ਦੁਨੀਆ ਘੁੰਮਣੀ ਪੈਂਦੀ ਹੈ, ਪ੍ਰੋਗਰਾਮ, ਰਿਕਾਰਡਿੰਗ, ਸ਼ੂਟਿੰਗ ਤਾਂ ਇੱਥੇ ਕੁਛ ਵੀ ਨਹੀਂ ਹੁੰਦੀ, ਲੇਕਿਨ ਕੰਮ ਜਿਹੜਾ ਹੈਗਾ ਉਹ ਕਰਨ ਵਾਸਤੇ ਮੈਨੂੰ ਬਾਹਰ ਜਾਣਾ ਪੈਂਦਾ, ਪਰ ਰਹਿਣਾ ਮੈਨੂੰ ਪਸੰਦ ਹੈ ਆਪਦੇ ਪਿੰਡ ਦੇ ਵਿੱਚ। ਜੀ, ਤੇ ਜਦੋਂ ਇੰਗਲੈਂਡ 'ਚ ਰਹਿੰਦੇ ਹੋ ਉਹ ਕਿਹੜੀ ਯਾਦ ਹੈ ਜਿਹੜੀ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ ਪੰਜਾਬ ਦੀ? ਨਹੀਂ ਦੇਖੋ, ਯਾਦ ਇੱਕ ਯਾਦ ਨਹੀਂ ਹੈ, ਸਾਰੀਆਂ ਯਾਦਾਂ ਹੈ, ਕਿਉਂਕਿ ਸਭ ਤੋਂ ਪਹਿਲੀ ਗੱਲ ਹੈ ਕਿ ਫੋਰਨ ਦੇ ਵਿੱਚ ਅਸੀਂ ਚਲੇ ਗਏ ਹਾਂ, ਮਜਬੂਰੀਆਂ ਵੀ ਹੈ, ਬੱਚੇ ਉੱਥੇ ਚਲੇ ਗਏ, ਬੱਚਿਆਂ ਦੇ ਵਿਆਹ ਉੱਥੇ ਹੋ ਗਏ, ਬੱਚਿਆਂ ਦਾ ਕੰਮ ਉੱਥੇ ਹੈ, ਹੁਣ ਗਾ ਬੱਚਿਆਂ ਦੇ ਬੱਚੇ ਹੈ, ਪੁੱਤ ਪੋਤਰੇ ਹੈ, ਸੋ ਉੱਥੇ ਉਹਨਾਂ ਨੂੰ ਖਿਡਾਉਣਾ ਹੈ ਅਤੇ ਉੱਥੇ ਜਾਣਾ ਹੀ ਪੈਣਾ। ਲੇਕਿਨ ਉੱਥੋਂ ਦਾ ਵੈਦਰ ਅਤੇ ਇੱਥੋਂ ਦਾ ਵੈਦਰ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ, ਉੱਥੇ ਤੁਹਾਡੇ 'ਤੇ ਬਹੁਤ ਪਾਬੰਦੀਆਂ ਹੈ, ਤੁਸੀਂ ਆਪਦੀ ਮਰਜ਼ੀ ਨਾਲ ਘਰ ਨਹੀਂ ਲੈ ਸਕਦੇ, ਮਰਜ਼ੀ ਨਾਲ ਬਿਜ਼ਨਸ ਨਹੀਂ ਖੋਲ੍ਹ ਸਕਦੇ, ਤੁਹਾਨੂੰ ਬੜੀ ਕਾਨੂੰਨ ਵੇਦੀ ਲੰਘਣਾ ਪਊਗਾ। ਇੱਥੇ ਤੁਸੀਂ ਜਿੱਥੇ ਮਰਜ਼ੀ ਆਪਦਾ ਕੰਮ ਕਰ ਲਓ, ਜੋ ਮਰਜ਼ੀ ਕੰਮ ਕਰ ਲਓ, ਇੱਥੇ ਕਾਨੂੰਨ ਜਿਹੜਾ ਹੈਗਾ ਉਹ ਕਾਨੂੰਨਾਂ ਦੀ ਚੀਜ਼ ਜਿਹੜੀ ਹੈ ਤੁਹਾਡੇ 'ਤੇ ਕੋਈ ਹਾਵੀ ਨਹੀਂ ਹੁੰਦੀ। ਠੀਕ ਹੈ, ਰਹਿਣਾ ਤੁਸੀਂ ਕਾਨੂੰਨ ਦੇ ਵਿੱਚ ਹੁੰਦਾ ਸੀ, ਇੱਥੇ ਵੀ ਕਾਨੂੰਨ 'ਚ ਹੀ ਰਹੀਦਾ,
पर फिर भी इतने आजाद हो, खुले हो, जो मर्जी उठो, जो मर्जी कोई उत्थे घरां दीआं किश्तां देणियां, उत्थे घरां दे खर्चे आ, सवेरे जिवें लैटर उठदे आ घरां च, सवेरे सब तों पहिलां तुहानूं 3-4 लैटर मिलदे आ, ओह लैटरां तों लोकां दे पैसे देणे हुंदे आ, चाहे गैस है, चाहे पानी है, चाहे बिजली है, चाहे इनकम टैक्स है, सारा कुछ देना पैंदा। सो इत्थे शांति है, लेकिन कम उत्थे है, उत्थे वी तुहानूं जाणा पैंदा, रहना पऊगा, पर जदों वेहले होईदा आ जां जदों लगदा कि कम नहीं है तां उदों पिंड दे विच ही ज़्यादा चंगा लगदा जी। सिद्धू साहब बहुत बहुत धन्नवाद, तुसीं अपना कीमती समां साडे नाल सांझा कीता, ते जांदे जांदे दर्शकां लई दो लैना हो जरूर हो जाए जी। देखो जी, सब तो पहला तो मैं लोक आवाज टीवी की तमाम टीम का तुहाडा बहुत धन्यवाद करदा कि तुसी टाइम कढ़ के अज मेरे पिंड टहिणे दे विच आए हो, और जिथे असी गाना शूट कर रहे हैं दियो विद्या दा दान, इस चीज़ नूं तुसी कवर किया, तो उम्मीद करते हैं भी इस चीज़ नूं तुसी बहुत वधिया तरीके नाल पूरी दुनिया तक पहुँचाओगे। मकसद मेरा यही है कि पंजाब पंजाबीयत ते जिहड़े साडे सरकारी स्कूल है ਉਹਨਾਂ ਨੂੰ ਅਸੀਂ ਪ੍ਰਮੋਟ ਕਰੀਏ, ਆਪਣੇ ਬੱਚਿਆਂ ਨੂੰ ਉਹਨਾਂ 'ਚ ਪੜ੍ਹਾਈਏ, ਅਸੀਂ ਇੱਦਾਂ ਦੇ ਬਣਾ ਦਈਏ। ਅੱਜ ਹਰ ਬੱਚਾ ਚਾਹੁੰਦਾ ਕਿ ਮੈਂ ਇੰਗਲਿਸ਼ ਸਕੂਲ 'ਚ ਪੜ੍ਹਨਾ, ਉਹਦਾ ਕਾਰਨ ਇਹ ਹੈ ਕਿ ਬਹੁਤ ਪਿਛਾਂ ਰਹਿ ਗਏ ਸੀਗੇ, ਲੇਕਿਨ ਹੁਣ ਹਰਭਜਨ ਮਾਨ ਸਾਹਿਬ ਵੀ ਜ਼ੋਰ ਲਾ ਰਹੇ ਨੇ, ਹਰਜੋਤ ਸਿੰਘ ਬੈਂਸ ਵੀ ਜ਼ੋਰ ਲਾ ਰਹੇ ਨੇ, ਅਤੇ ਆਪਾਂ ਵੀ ਜ਼ੋਰ ਲਾ ਰਹੇ ਹਾਂ, ਤਾਂ ਤੁਸੀਂ ਵੀ ਜ਼ੋਰ ਲਾਓ। ਇਹ ਸਕੂਲਾਂ ਦਾ ਆਪਾਂ ਨੁਹਾਰ ਬਦਲਣੀ ਹੈ, ਇੱਦਾਂ ਦੇ ਸਕੂਲ ਬਣਾ ਦਿਓ ਕਿ ਲੋਕ ਸ਼ਹਿਰਾਂ ਵਾਲੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਸਤੇ ਬੱਚਿਆਂ ਨੂੰ ਭੇਜਣ, ਹੈ ਨਾ। ਸੋ ਕੋਸ਼ਿਸ਼ ਕਰ ਰਹੇ ਹਾਂ, ਅਤੇ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਪਿੰਡਾਂ ਦੇ ਸਕੂਲ ਜਿਹੜੇ ਆ ਉਹਨਾਂ ਨੂੰ ਤੁਸੀਂ ਪ੍ਰਮੋਟ ਕਰੋ, ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਓ, ਉਹਨਾਂ ਦੀ ਨੁਹਾਰ ਬਦਲੋ, ਦਸਵਾਂ ਦਸਾਂ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਲਈ ਕੱਢਦੇ ਹਾਂ, ਲੰਗਰਾਂ ਲਈ ਕੱਢ ਰਹੇ ਹਾਂ, ਸਕੂਲ ਵੀ ਲਾਜ਼ਮੀ ਕੱਢੋ, ਤਾਂ ਸਕੂਲਾਂ ਦੀ ਆਪਣੇ ਆਪ ਨੁਹਾਰ ਬਦਲ ਜਾਣੀ ਹੈ, ਅਤੇ ਸਾਡਾ ਸੁਪਨਾ ਜਿਹੜਾ ਉਹ ਪੂਰਾ ਹੋਊਗਾ। ਸੋ ਮੈਂ ਪਿੰਡ ਦੇ ਵਿੱਚ ਬੈਠਾ, ਅਤੇ ਆਪਣੇ ਪਿੰਡ ਦੇ ਉੱਤੇ ਮੈਂ ਇੱਕ ਗਾਣਾ ਬਣਾਇਆ ਸੀਗਾ ਜਦੋਂ ਮੈਂ ਪਿੰਡ 'ਚ ਐਂਟਰੀ ਹੋਇਆ ਸੀਗਾ, ਮੈਂ ਉਹ ਦੋ ਲਾਈਨਾਂ ਤੁਹਾਨੂੰ ਗੀਤੀਆਂ ਲਾਜ਼ਮੀ ਸੁਣਾਊਂਗਾ। ਹੋ ਜਿੱਥੇ ਜੰਮੇ ਜਾਏ ਖੇਡੇ, ਹੋ ਬਚਪਨ ਪਲਿਆ ਖਾ ਖਾ ਠੇਡੇ, ਜਿਸ ਦੀ ਮਿੱਟੀ ਅੱਜ ਵੀ ਲੱਗਦੀ ਹੋ ਖੰਡ ਮਿਸ਼ਰੀ ਦੀਆਂ ਡਲੀਆਂ, ਹੋ ਰੱਬਾ ਰਹਿਣ ਆਬਾਦ ਸਦਾ ਮੇਰੇ ਪਿੰਡ ਟਹਿਣੇ ਦੀਆਂ ਗਲੀਆਂ, ਹੱਸਦੀਆਂ ਵੱਸਦੀਆਂ ਰਹਿਣ ਸਦਾ ਮੇਰੇ ਪਿੰਡ ਟਹਿਣੇ ਦੀਆਂ ਗਲੀਆਂ, ਹੋ ਮੇਰੇ ਪਿੰਡ ਟਹਿਣੇ ਦੀਆਂ ਗਲੀਆਂ। ਵਾਹ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ। ਸੋ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਜਿਹੜਾ ਸਿੱਧੂ ਸਾਹਿਬ ਨੇ ਇਹ ਵੀਡੀਓ ਦੇ ਰਾਹੀਂ ਉਪਰਾਲਾ ਕੀਤਾ ਹੈ, ਉਹ ਪੰਜਾਬ ਨੂੰ ਬਚਾਉਣ ਦੇ ਲਈ, ਪੰਜਾਬ ਦੀ ਸਿੱਖਿਆ ਨੂੰ ਬਚਾਉਣ ਦੇ ਲਈ ਬਹੁਤ ਜ਼ਰੂਰੀ ਹੈ, ਤਾਂ ਤੁਹਾਡਾ ਸਾਥ ਪੂਰਾ ਚਾਹੀਦਾ। ਤੁਸੀਂ ਕਮੈਂਟ ਕਰਕੇ ਵੀਡੀਓ ਦੇ ਨਾਲ ਜੁੜਨਾ, ਅਤੇ ਇਸਨੂੰ ਸ਼ੇਅਰ ਵੀ ਜ਼ਰੂਰ ਕਰਨਾ। ਅਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਲੋਕ ਆਵਾਜ਼ ਟੀਵੀ ਨੂੰ ਸਬਸਕ੍ਰਾਈਬ ਕਰ ਲਓ। ਬਹੁਤ ਬਹੁਤ ਧੰਨਵਾਦ ਜੀ।
मेरे संगीत के उस्ताद प्रोफेसर कृष्ण शांत जी ने जिन्हों तो मैं प्राचीन कला केंद्र यूनिवर्सिटी के एम ए म्यूजिक की की एक मैं पिछे ही तुहाडी इंटरव्यू सुनी सी तुसी उहदे विच एक फिल्म दा भी वाकया सांझा कीता सीगा वी मैं असी फिल्म शुरू कीती चार पांच दोस्तां ने ना बिल्कुल ओह कहानी ओह फिल्म दा की बणिया उदों अजे गाउणा शुरू कीता सीगा ते कोई वजूद नहीं बणिया सीगा मैं और गुरमीत साजन जी कुलविंदर कमल ते कहिंदे जी फिल्म बणाउणी है ਸੋ ਇੱਕ ਫਿਲਮ ਦੀ ਪਲਾਨਿੰਗ ਹੋ ਗਈ ਜਿਹਦੀ ਸਟੋਰੀ ਮੈਂ ਲਿਖੀ ਸੀਗੀ ਜੀ ਮਿਊਜ਼ਿਕ ਮੈਂ ਤੇ ਕੁਲਵਿੰਦਰ ਕਮਲ ਨੇ ਕੀਤਾ ਸੀਗਾ ਯਾਰਾਂ ਦੋਸਤਾਂ 'ਚ ਅਸੀਂ ਉਹ ਫਿਲਮ ਬਣਾਉਣੀ ਸ਼ੁਰੂ ਕਰ ਲਈ ਸਾਨੂੰ ਉਦੋਂ ਕੈਮਰਾ ਨਾ ਆਨ ਆਫ ਕਰਨ ਦਾ ਪਤਾ ਸੀਗਾ ਓਕੇ ਬਸ ਫਿਲਮ ਬਣਾਉਣੀ ਸ਼ੁਰੂ ਕਰ ਲਈ ਇੱਕ ਕੈਮਰਾਮੈਨ ਨੇ ਸਾਨੂੰ ਕਹਿਤਾ ਕਿ ਤੁਸੀਂ ਫਿਲਮ ਬਣਾਓ ਮੈਂ ਐਡੀਟਿੰਗ ਕਰ ਦੂੰਗਾ ਸਾਰਾ ਕੁਝ ਕਰ ਦੂੰਗਾ ਸੋ ਉਹ ਫਿਲਮ ਅਸੀਂ ਬਣਾਈ ਜਿੱਦਾਂ ਇੱਕ ਫੀਚਰ ਫਿਲਮ ਬਣਦੀ ਹੈ ਜੀ 15-20 ਦਿਨ ਲਾ ਕੇ ਉਹ ਸ਼ੂਟ ਕੀਤਾ ਓਕੇ ਤੇ ਘਰ ਦੇ ਗਹਿਣੇ ਵੇਚ ਕੇ ਘਰ ਦੇ ਭਾਂਡੇ ਵੇਚ ਕੇ ਉਹ ਫਿਲਮ ਨੂੰ ਅਸੀਂ ਕੰਪਲੀਟ ਕੀਤਾ ਇੰਨਾ ਸਮਰਪਿਤ ਹੋ ਗਏ ਔਰ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਫਿਲਮ ਬਣ ਗਈ ਜਦੋਂ ਐਡੀਟਿੰਗ ਕਰਨ ਦੀ ਵਾਰੀ ਆਈ ਤੇ ਕਹਿੰਦੇ ਜੀ ਦੂਰਦਰਸ਼ਨ ਐਡਿਟ ਕਰਕੇ ਦੇਊਗਾ ਦੂਰਦਰਸ਼ਨ ਵਾਲੇ ਕਹਿੰਦੇ ਅਸੀਂ ਕਿਸੇ ਨੂੰ ਐਡਿਟ ਨਹੀਂ ਕਰਕੇ ਦਿੰਦੇ ਸੋ ਉਹ ਫਿਲਮ ਜਿਹੜੀ ਹੈ ਡੱਬੇ 'ਚ ਬੰਦ ਹੋ ਗਈ ਕਹਿੰਦੇ ਐਡਿਟ ਨਹੀਂ ਹੋਣੀ ਫਿਲਮ ਤਾਂ ਚਾਹੇ ਮਿਸਪਲੇਸ ਹੋ ਗਈ ਪਰ ਜਿਹੜਾ ਉਹ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਅੱਜ ਵੀ ਮੇਰੇ ਨਾਲ ਹੈ ਉਸ ਐਕਸਪੀਰੀਅੰਸ ਦੇ ਨਾਲ ਹੀ ਮੈਂ ਮਿਊਜ਼ਿਕ ਡਾਇਰੈਕਟਰ ਬਣਿਆ ਮੈਂ ਸਿੰਗਰ ਬਣਿਆ ਉਸ ਐਕਸਪੀਰੀਅੰਸ ਕਰਕੇ ਹੀ ਗੁਰਮੀਤ ਸਾਜਨ ਅੱਜ ਵਰਲਡ ਦੇ ਵਿੱਚ ਉਹਨੂੰ ਲੋਕ ਜਾਣਦੇ ਆ ਤੇ ਕਦੇ ਮਨ ਵਿੱਚ ਆਇਆ ਅਫਸੋਸ ਜਿਹਨੂੰ ਕਹਿ ਦਈਏ ਕਿ ਯਾਰ ਇੰਨੀ ਮਿਹਨਤ ਕੀਤੀ ਸੀ ਤੇ ਉਹ ਇਦਾਂ ਇੱਕ ਫਿਲਮ ਗੁੰਮ ਹੋ ਗਈ ਲੱਭੀ ਨਹੀਂ ਅਸੀਂ ਉਹਨਾਂ ਜ਼ਮਾਨਿਆਂ ਦੇ ਵਿੱਚ 3 ਘੰਟੇ ਦੀ ਫਿਲਮ ਨੂੰ ਐਡਿਟ ਕੀਤਾ ਜਦੋਂ ਕੋਈ ਟੈਕਨੀਕਲ ਨਾ ਕੋਈ ਸਟੂਡੀਓ ਹੁੰਦੇ ਸੀਗੇ ਨਾ ਕੋਈ ਐਡੀਟਿੰਗ ਟੇਬਲ ਹੁੰਦੇ ਸੀ ਨਾ ਕੋਈ ਬੰਦਾ ਹੱਥ ਪਾਉਂਦਾ ਸੀਗਾ